ਪੰਜਾਬ ਵਿੱਚ ਮੱਛੀ ਪਾਲਣ ਦਾ ਕਿੱਤਾ ਇੱਕ ਮੁੱਖ ਕਿੱਤੇ ਵਜੋਂ ਉੱਭਰ ਕੇ ਆ ਰਿਹਾ ਹੈ। ਇਸ ਮੱਛੀ ਪਾਲਣ ਦੇ ਕਿੱਤੇ ਨਾਲ ਕੁਝ ਹੋਰ ਕਿੱਤੇ ਵੀ ਜੋੜੇ ਜਾ ਸਕਦੇ ਹਨ, ਜਿਵੇਂ ਸੂਰ ਪਾਲਣ, ਮੁਰਗੀ ਪਾਲਣ, ਬੱਕਰੀ ਪਾਲਣ ਅਤੇ ਡੇਅਰੀ। ਇਹ ਸਾਰੇ ਕਿੱਤੇ ਮੱਛੀ ਪਾਲਣ ਦੇ ਸਹਿਯੋਗੀ ਕਿੱਤੇ ਹਨ ਅਤੇ ਕਿਸਾਨ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਵਧੇਰੇ ਆਮਦਨ ਲੈ ਰਹੇ ਹਨ। ਮੈਂ ਕਰਮਿੰਦਰ ਸਿੰਘ, ਸਨ ਆਫ ਬਘੇਲ ਸਿੰਘ, ਪਿੰਡ ਇਸ ਵੇਲੇ ਝਗੜੌਦੀ ਰਹਿੰਦੇ ਹਾਂ। ਸਾਡਾ ਅਸਲੀ ਪਿੰਡ ਲੱਧਣਾ ਚਹਿਲਾਂ ਚੰਡੀਗੜ੍ਹ ਲੁਧਿਆਣਾ ਰੋਡ 'ਤੇ ਹੈ ਜੀ। ਮੇਰੇ ਫਾਦਰ ਨੂੰ ਖੇਤੀ ਦਾ ਸ਼ੌਕ ਸੀਗਾ। ਉਹ 1931 ਦੇ ਵਿੱਚ ਝਗੜੌਦੀ ਬੇਚਰਾਗ ਮੌਜਾ ਸੀਗਾ, ਉਹਨਾਂ ਨੇ ਆ ਕੇ ਇਸ ਪਿੰਡ ਦੇ ਵਿੱਚ ਮਕਾਨ ਪਾ ਲਿਆ ਅਤੇ 1931 ਦੇ ਵਿੱਚ ਟਿਊਬਵੈੱਲ ਆਇਆ, ਜਿਹੜਾ ਕਿ ਬਹੁਤ ਨਵੀਂ ਗੱਲ ਸੀਗੀ 1931 ਦੇ ਵਿੱਚ। ਉਹਨਾਂ ਨੂੰ ਸ਼ੌਕ ਸੀ ਖੇਤੀ ਦਾ, ਬਹੁਤ ਖੇਤੀ ਬਹੁਤ ਕਰਦੇ ਰਹੇ, ਬਾਗ ਵੀ ਕਾਫੀ ਲਾਇਆ, ਸਭ ਕੁਛ ਕਰਿਆ, ਪਰ ਕੋਈ ਖਾਸ ਨਹੀਂ ਲੱਭਿਆ। ਕਾਫੀ ਦੇਰ ਤੋਂ ਬਾਅਦ ਪੰਜਾਬ ਗਵਰਨਮੈਂਟ ਕਹਿੰਦੀ ਹੁੰਦੀ ਸੀ ਬਲਿਊ ਰੈਵੋਲਿਊਸ਼ਨ ਲੈ ਕੇ ਆਉਣਾ, ਸੋ ਮੈਂ 1982 ਦੇ ਵਿੱਚ ਦੋ ਕਨਾਲ ਤੋਂ ਸ਼ੁਰੂ ਕਰਿਆ ਸੀਗਾ। 2 ਸਾਲ ਦੇ ਵਿੱਚ ਤਜਰਬਾ ਆ ਗਿਆ, ਹੌਲੀ 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 ਵਧਾਉਂਦੇ ਵਧਾਉਂਦੇ ਹੁਣ ਮੇਰੇ ਕੋਲ 30 ਕਿੱਲੇ ਮੇਰੀ ਘਰ ਦੀ ਜ਼ਮੀਨ ਹੈ ਅਤੇ 40 ਕਿੱਲੇ ਅਸੀਂ ਪੰਚਾਇਤ ਜ਼ਮੀਨ ਹੈ, ਉਹ ਮੇਰਾ ਬੇਟਾ ਵੀਰਿੰਦਰ ਸਿੰਘ ਦੇਖਦਾ ਜੀ। ਅਸੀਂ ਬੜੇ ਖੁਸ਼ ਹਾਂ, ਜਿੱਦਣ ਦੇ ਮੱਛੀ ਦਾ ਕੰਮ ਸ਼ੁਰੂ ਕਰਿਆ ਬਹੁਤ ਸੈਟਿਸਫਾਈ ਹੈ। ਇਹਦੇ ਵਿੱਚ ਕੋਈ ਕੁਛ ਨਹੀਂ ਹੁੰਦਾ, ਮਾਮੂਲੀ ਜੀ ਖੁਰਾਕ ਪਾ ਕੇ ਵੀ ਤੁਸੀਂ ਕੱਢ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ ਸੇਲ ਦੀ ਬਿਲਕੁਲ। ਸ਼ਿਕਾਰੀ ਆਪ ਆਉਂਦੇ ਨੇ ਪੰਜਾਬ ਸਾਰੇ ਦੇ ਵਿੱਚ, ਉਹਨਾਂ ਦੇ ਜਾਲ ਹੁੰਦਾ, ਬਰਫ਼ ਹੁੰਦੀ ਹੈ, ਟਰੱਕ ਹੁੰਦਾ, ਨਕਦ ਪੈਸੇ ਦੇ ਕੇ ਜਾਂਦੇ ਨੇ ਉਹ, ਕੋਈ ਵੀ ਪ੍ਰੋਬਲਮ ਨਹੀਂ ਭਰਾਵੋ, ਮੱਛੀ ਨਾਲ ਦਾ ਕਿੱਤਾ ਨਹੀਂ ਕੋਈ। ਹੁਣ ਜਿਵੇਂ ਲੋਕਡਾਊਨ ਲੱਗਿਆ ਹੋਇਆ ਸੀਗਾ, ਸਿਰਫ਼ ਮੱਛੀ ਵਾਲੇ ਖੁਸ਼ ਹੈ, ਸਾਰੀ ਦੁਨੀਆ ਔਖੀ ਹੈ, ਸਾਨੂੰ ਕੋਈ ਤਕਲੀਫ਼ ਨਹੀਂ ਹੋਈ। ਘੱਟ ਵਿਕਦੀ ਸੀ ਪਰ ਬੜੀ ਆਰਾਮ ਨਾਲ ਪੜੀ ਗਈ ਹੈ। ਪ੍ਰੋਬਲਮ ਛੋਟੀਆਂ ਛੋਟੀਆਂ ਆਈਆਂ, ਪਹਿਲਾਂ ਨਵਾਂ ਕੰਮ ਸੀ ਜੀ, ਸੀਡ ਨਹੀਂ ਸੀ ਹੁੰਦਾ ਇੰਨਾ ਜ਼ਿਆਦਾ ਗਵਰਨਮੈਂਟ ਕੋਲ, ਫਿਰ ਉਹਨਾਂ ਨੇ ਸਰਕਾਰ ਨੇ ਵੀ ਹੌਲੀ ਹੌਲੀ 90 ਤੱਕ ਕਾਫੀ ਹੈਚਰੀਜ਼ ਲਾ ਲਈਆਂ, ਹੁਣ ਸਾਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਹੈਚਰੀ ਹੈ, ਬੜਾ ਵਧੀਆ ਕੁਆਲਿਟੀ ਵਾਲਾ ਸੀਡ ਦਿੰਦੇ ਨੇ। ਮਹਿਕਮਾ ਬਹੁਤ ਸਪੋਰਟ ਕਰਦਾ ਸਾਡੀ, ਬਹੁਤ ਜ਼ਿਆਦਾ ਵਧੀਆ ਸਪੋਰਟ ਕਰੀ ਹੈ ਅਤੇ ਸਾਰੇ ਪੰਜਾਬ 'ਚ, ਮੈਂ ਕਰਵਿੰਦਰ ਸਿੰਘ ਨਹੀਂ, ਸਾਰੇ ਪੰਜਾਬ ਦੇ ਜਿੰਨੇ ਵੀ ਮੱਛੀ ਪਾਲਕ ਨੇ ਬੜੇ ਹੀ ਸੌਖੇ ਨੇ। ਇੱਕ ਤਾਂ ਗੱਲ ਇਹ ਹੈ ਜੀ, ਜੇ ਬਿਜਲੀ ਨਹੀਂ ਹੈ ਤਾਂ ਵਿਧਨੇ 10-15 ਦਿਨ ਦੇ ਵਿੱਚ 24 ਘੰਟੇ ਬਿਜਲੀ ਮਿਲ ਜਾਂਦੀ ਹੈ ਜੀ, ਲੋਨ ਬਹੁਤ ਮਿਲ ਜਾਂਦਾ, ਹੁਣ ਤਾਂ ਸਰਕਾਰ ਨੇ ਬਹੁਤ ਜ਼ਿਆਦਾ ਸਬਸਿਡੀ ਦੇ ਰਹੀ ਹੈ, ਜਿਹੜਾ ਕਿ ਕੋਈ ਔਖਾ ਹੀ ਨਹੀਂ ਪੱਟਣਾ ਜੀ। ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ, ਸ਼ਿਕਾਰੀ ਬਹੁਤ ਨੇ, ਮੰਗ ਬਹੁਤ ਹੈ, ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈ। ਬਾਕੀ ਤਾਂ ਤੁਹਾਨੂੰ ਪਤਾ ਹੀ ਆ ਵੀਰੋ, ਥੋੜ੍ਹੀ ਜਿਹੀ ਵੱਧ ਸੇਵਾ ਕਰੋਗੇ ਥੋੜ੍ਹੀ ਜਿਹੀ ਵੱਧ ਨਿਕਲ ਜਾਊ, ਜੇ ਕੱਟ ਕਰੋਗੇ ਕੱਟ, ਪਰ ਪ੍ਰੋਬਲਮ ਕੋਈ ਨਹੀਂ ਹੈ। ਹੁਣ ਮੈਂ ਕੁਛ ਪਿਛਲੇ ਸਾਲ ਤੋਂ ਪਿਗਰੀ ਸ਼ੁਰੂ ਕਰੀ ਹੈ ਨਾਲ, ਜਿਹੜੇ ਪਾਉਣ ਦੇ ਵਿੱਚ 10 ਏਕੜ ਦੇ ਵਿੱਚ ਪਿਗਰੀ ਦੀ ਵੇਸਟ ਪਾਉਣਾ, ਉਹ ਤਾਂ ਹੈਰਾਨ ਕਰਨ ਵਾਲੇ ਰਿਜ਼ਲਟ ਆ ਰਹੇ ਨੇ, ਬਹੁਤ ਸੋਹਣਾ ਰਿਜ਼ਲਟ ਹੈ। ਘਰ ਦੇ ਵਿੱਚ ਬੈਠ ਕੇ ਜਿਵੇਂ ਮਰਜ਼ੀ ਫਿਰੋ, ਕੋਈ ਬੂ ਨਹੀਂ ਹੈ, ਪਾਣੀ ਸਾਫ਼ ਕਰਦੇ ਹਾਂ, ਧੋਂਦੇ ਹਾਂ, ਸਾਰਾ ਪਾਉਣ ਦੇ ਵਿੱਚ ਆ ਜਾਂਦਾ। 2 ਗੱਲਾਂ ਹੋ ਗਈਆਂ, ਨਾਲੇ ਤਾਂ ਪਿਗਰੀ ਪਾਲ ਰਹੇ ਹਾਂ, ਨਾਲ ਬਗੈਰ ਕੁਛ ਕਰੇ ਸਾਡੀ ਮੱਛੀ ਬੜੀ ਸੋਹਣੀ ਹੋ ਰਹੀ ਹੈ, ਰਿਕਾਰਡ ਤੋੜੇ ਕਹਿ ਸਕਦੇ ਹੋ ਤੁਸੀਂ। ਮੈਂ ਵੀਰਿੰਦਰ ਸਿੰਘ, ਸਨ ਆਫ ਸਰਦਾਰ ਕਰਮਿੰਦਰ ਸਿੰਘ, ਪਿੰਡ ਝਗੜੌਦੀ, ਤਹਿਸੀਲ ਸਮਰਾਲਾ, ਡਿਸਟ੍ਰਿਕਟ ਲੁਧਿਆਣਾ ਜੀ। ਫਾਲ ਸਾਹਿਬ ਨੇ ਫਿਸ਼ ਫਾਰਮ ਖੋਲਿਆ ਸੀਗਾ ਜੀ, ਬੜਾ ਵਧੀਆ ਕੰਮ ਹੈ, ਸਾਰੇ ਖੇਤੀ ਨਾਲੋਂ ਬਹੁਤ ਜ਼ਿਆਦਾ ਚੰਗਾ ਕੰਮ ਹੈ ਜੀ। ਅਤੇ ਉਦੋਂ ਬਾਅਦ ਅਸੀਂ ਸੂਰਾਂ ਦਾ ਕੰਮ ਖੋਲਿਆ ਅਤੇ ਸਹਾਇਕ ਧੰਦਾ ਹੈ, ਅਤੇ ਹਜੇ ਤੱਕ ਤਾਂ ਬਹੁਤ ਵਧੀਆ ਚੱਲ ਰਿਹਾ। ਥੋੜ੍ਹਾ ਲੋਕਡਾਊਨ ਕਰਕੇ ਸੂਰਾਂ ਦੀ ਸੇਲ ਥੋੜ੍ਹੀ ਜਿਹੀ ਮੁਸੀਬਤ ਆ ਰਹੀ ਹੈ ਵਿਕਰੀ ਦੇ ਵਿੱਚ, ਇਹਦੀ ਜ਼ਿਆਦਾ ਮਾਰਕੀਟਿੰਗ ਨਾਗਾਲੈਂਡ ਹੈ। ਜੇ ਕਿਤੇ ਆਪਣੇ ਪ੍ਰੋਸੈਸਿੰਗ ਯੂਨਿਟ ਪੰਜਾਬ ਦੇ ਵਿੱਚ ਲੱਗ ਜਾਵੇ ਤਾਂ ਇਹਦੀ ਜਿੰਨੀ ਡਿਮਾਂਡ ਹੈ ਪੰਜਾਬ ਪੂਰੀ ਨਹੀਂ ਕਰ ਸਕਦਾ।
ਅਤੇ ਠੀਕ ਹੈ, ਕੰਮ ਬਹੁਤ ਵਧੀਆ ਜੀ। ਸੂਰਾਂ ਦਾ ਕੋਈ ਇੰਨੀ ਖੇਚਲ ਨਹੀਂ ਹੈਗੀ, ਦੋ ਟਾਈਮ ਫੀਡ ਪਾਉਣੀ ਹੈ ਸਵੇਰੇ ਅਤੇ ਸ਼ਾਮ, ਦੋ ਵਾਰੀ ਨਲਾਉਣਾ ਹੈ, ਬਾਕੀ ਸਾਰਾ ਟਾਈਮ ਕੰਮ ਵਿਹਲਾ। ਥੋੜ੍ਹੀ ਜਗ੍ਹਾ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਐਕਸਪੈਂਡ ਕਰ ਲਓ ਇਸ ਕੰਮ ਨੂੰ, ਅਤੇ ਮੇਰੇ ਸਮਝ ਦੇ ਵਿੱਚ ਤਾਂ ਬਹੁਤ ਵਧੀਆ ਧੰਦਾ ਹੈ ਜੀ ਇਹ। ਫਾਜ਼ਲ ਸਾਹਿਬ ਨੇ 30 ਏਕੜ ਫਿਸ਼ ਫਾਰਮ ਜਿਹੜੇ ਆਪਦੀ ਜੱਦੀ ਜ਼ਮੀਨ ਦੇ ਵਿੱਚ ਖੋਲ੍ਹਿਆ ਹੋਇਆ ਜੀ, ਉਸ ਨਾਲ ਹੀ ਅਸੀਂ 40 ਏਕੜ ਜ਼ਮੀਨ ਪੰਚਾਇਤੀ ਲੈਂਡ ਵੀ ਮੱਛੀ ਫਾਰਮ ਬਣਾਇਆ ਚਮਕੌਰ ਸਾਹਿਬ ਦੇ ਕੋਲ। 3 ਕਿੱਲੇ ਅਸੀਂ ਖੇਤੀ ਕਰਦੇ ਹਾਂ ਜੀ, ਜਿਹਦੇ ਵਿੱਚ ਕਣਕ ਘਰ ਜੋਗੀ ਹੋ ਜਾਂਦੀ ਹੈ, ਅਤੇ ਉਸ ਤੋਂ ਬਾਅਦ ਗਰਮੀਆਂ ਦੇ ਵਿੱਚ ਝੋਨਾ ਅਸੀਂ ਲਾ ਲੈਂਦੇ ਹਾਂ, ਅਤੇ ਬਾਕੀ ਮੁਰਗੀਆਂ ਵੀ ਰੱਖੀਆਂ ਹੋਈਆਂ ਜੀ, ਘਰ ਦੇ ਆਂਡੇ ਹੋ ਜਾਂਦੇ ਆ ਖਾਣ ਦੇ ਲਈ, ਦੁੱਧ ਦੇ ਲਈ ਗਾਵਾਂ ਵੀ ਰੱਖੀਆਂ ਹੋਈਆਂ ਨੇ। ਅਤੇ ਸਾਨੂੰ ਸੂਰਾਂ ਦਾ ਫਾਰਮ ਹੁਣ ਕਾਫੀ ਅੱਛਾ ਲੱਗ ਰਿਹਾ, ਜਿਵੇਂ ਹੋ ਰਹੀ ਹੈ, ਕੋਈ ਜ਼ਿਆਦਾ ਇਹਨੂੰ ਦਿੱਕਤ ਨਹੀਂ ਆ ਰਹੀ, ਨਾ ਕੋਈ ਬਿਮਾਰੀ ਆ ਰਹੀ ਹੈ, ਅਤੇ ਬਾਕੀ ਦੇਖਦੇ ਹਾਂ ਜੀ ਕਿਵੇਂ ਚੱਲਦਾ ਕੰਮ ਸਾਰਾ। ਜਿਹੜੀ ਪਿਗਰੀ ਦੀ ਮਾਰਕੀਟਿੰਗ ਹੈ ਜੀ, ਜਿਹੜੇ 50 ਕਿੱਲੋ ਤੋਂ ਲੈ ਕੇ 60-70 ਕਿੱਲੋ ਤੱਕ, ਤੁਹਾਡੀ ਲੋਕਲ ਮਾਰਕੀਟ ਹੀ ਬਹੁਤ ਹੈ ਜੀ, ਲੋਕਲ ਮਾਰਕੀਟ ਕਾਫੀ ਜ਼ਿਆਦਾ 50 ਕਿੱਲੋ ਨੂੰ ਲਾਈਕ ਕਰਦੀ ਹੈ। ਅਤੇ ਜਿਹੜੇ ਵੱਡੇ ਨੇ ਜਿਵੇਂ ਆਪਣੇ ਕੁਇੰਟਲ ਦੇ ਹੋ ਗਏ, 80 ਕਿੱਲੋ ਦੇ, 90 ਕਿੱਲੋ ਦੇ, ਇਹਦੀ ਨਾਗਾਲੈਂਡ ਡਿਮਾਂਡ ਬਹੁਤ ਜ਼ਿਆਦਾ, ਨਾਗਾਲੈਂਡ ਹੀ ਮੇਨ ਮਾਰਕੀਟ ਹੈ ਇਹਦੀ। ਪਰ ਜੇ ਪੰਜਾਬ ਦੇ ਵਿੱਚ ਸਲਾਟਿੰਗ ਯੂਨਿਟ ਲੱਗ ਜਾਵੇ ਤਾਂ ਇਹਦੀ ਪੰਜਾਬ ਪੂਰੀ ਨਹੀਂ ਕਰ ਸਕਦਾ, ਡਿਮਾਂਡ ਬਹੁਤ ਵੱਡੀ ਡਿਮਾਂਡ ਹੈ ਇਸ। ਮੈਂ ਪਸ਼ੂ ਪਾਲਣ ਵਿਭਾਗ ਵਿੱਚੋਂ ਡਾਕਟਰ, ਮੇਰਾ ਨਾਂ ਡਾਕਟਰ ਅਸ਼ੋਕ ਕੁਮਾਰ ਸ਼ਰਮਾ, ਅਤੇ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਵਿੱਚ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਵਿਭਾਗ ਦੇ ਨਾਲ ਰੈਲੇਵੈਂਟ ਜਿਹੜੇ ਨੇ ਧੰਦੇ ਨੇ, ਉਹਨਾਂ ਵਿੱਚੋਂ ਮੁੱਖ ਧੰਦਾ ਜਿਵੇਂ ਮੁਰਗੀ ਪਾਲਣ ਹੈ, ਉਸ ਤੋਂ ਬਾਅਦ ਅਤੇ ਤੁਹਾਡਾ ਹੈਗਾ ਡੇਅਰੀ ਫਾਰਮਿੰਗ ਹੈ, ਅਤੇ ਨਾਲ ਹੀ ਸਾਡੇ ਪਿਗਰੀ ਫਾਰਮਿੰਗ ਹੈ, ਅਤੇ ਗੋਟਰੀ ਫਾਰਮਿੰਗ ਜਿਹੜਾ ਹੈ ਇਹ ਧੰਦਾ, ਅੱਜ ਕੱਲ੍ਹ ਸਾਡੇ ਕੁਛ ਬਾਰਡਰ ਡਿਸਟ੍ਰਿਕਟ ਦੇ ਵਿੱਚ ਈਵਨ ਰੈਬਿਟ ਫਾਰਮਿੰਗ ਵੀ ਲੋਕਾਂ ਨੇ ਸਟਾਰਟ ਕੀਤੀ ਹੈ। ਪਰ ਜਿੱਦਾਂ ਅੱਜ ਅਸੀਂ ਤੁਸੀਂ ਦੇਖਿਆ ਕਿ ਅਸੀਂ ਇੱਥੇ ਕਰਮਿੰਦਰ ਸਿੰਘ ਜੀ ਦੇ ਫਾਰਮ 'ਤੇ ਆਏ ਸੀ, ਜਿਨ੍ਹਾਂ ਦਾ ਇਹ ਫਾਰਮ ਹੈ, ਪਿਗਰੀ ਫਾਰਮ ਹੈ, ਇਹ ਨਾਲ ਨਾਲ ਮੱਛੀ ਪਾਲਣ ਦਾ ਵੀ ਧੰਦਾ ਕਰਦੇ ਹੈ। ਪਰ ਜਿਹੜਾ ਮੱਛੀ ਪਾਲਣ ਦਾ ਧੰਦਾ, ਉਹਦੇ ਲਈ ਜ਼ਮੀਨ ਚਾਹੀਦੀ ਹੈ। ਪਰ ਜਿਹੜੇ ਸਹਾਇਕ ਧੰਦੇ ਨੇ ਸਾਡੇ, ਜਿਵੇਂ ਮੈਂ ਗੱਲ ਕੀਤੀ ਹੈ ਪਿਗਰੀ ਦੀ ਜਾਂ ਬੱਕਰੀ ਪਾਲਣ ਦੀ ਜਾਂ ਭੇਡ ਪਾਲਣ ਦੀ ਗੱਲ ਕਰਦੇ ਹਾਂ, ਇਹਨਾਂ ਲਈ ਜ਼ਮੀਨਾਂ ਘੱਟ 'ਚ ਵੀ ਕਾਰੋਬਾਰ ਸ਼ੁਰੂ ਕੀਤਾ ਜਾ ਸਕਦਾ। ਈਵਨ ਜਿਹੜੇ ਬੇਜ਼ਮੀਨੇ ਫਾਰਮਰ ਨੇ, ਉਹ ਵੀ ਸਹਾਇਕ ਧੰਦੇ ਨਾਲ ਆਪਣਾ ਆਮਦਨ 'ਚ ਇਜ਼ਾਫਾ ਕਰ ਸਕਦੇ ਨੇ। ਅਤੇ ਜੇ ਆਪਾਂ ਗੱਲ ਕਰੀਏ ਅੱਜ ਕੱਲ੍ਹ ਪਿਗਰੀ ਫਾਰਮ ਦੀ ਗੱਲ ਕਰੀਏ, ਇਹਦੇ ਲਈ ਵਿਭਾਗ ਦੀਆਂ ਬਹੁਤ ਸਾਰੀਆਂ ਸਕੀਮਾਂ ਨਵਾਰਡ ਦੇ ਤਹਿਤ, ਇਹਦੇ ਵਿੱਚ ਅਸੀਂ ਜਿਹੜੇ 20+20 ਸੂਰੀਆਂ ਦਾ ਫਾਰਮ ਖਿਲਾਉਂਦੇ ਹਾਂ, ਜਿਹਦੇ ਵਿੱਚ 2 ਲੱਖ ਰੁਪਈਆ ਸਬਸਿਡੀ ਫਾਰਮਰ ਨੂੰ ਦਿੱਤੀ ਜਾਂਦੀ ਹੈ। ਡਿਪਾਰਟਮੈਂਟ ਵੱਲੋਂ ਟ੍ਰੇਨਿੰਗ ਕਰਵਾਈ ਜਾਂਦੀ ਹੈ, ਟ੍ਰੇਨਿੰਗ ਉਪਕਰਨ ਉਪਰੰਤ ਹੀ ਜਿਹੜਾ ਪਿਗਰੀ ਦਾ ਧੰਦਾ ਜਿਹੜਾ ਸ਼ੁਰੂ ਕੀਤਾ ਜਾਂਦਾ ਹੈ। ਇੱਦਾਂ ਹੀ ਗੋਟ ਫਾਰਮਿੰਗ ਦੇ ਧੰਦੇ ਲਈ ਵੀ ਡਿਪਾਰਟਮੈਂਟ ਵੱਲੋਂ ਨਵਾਰਡ ਪ੍ਰੋਜੈਕਟ ਦੇ ਤਹਿਤ ਹੀ ਸਬਸਿਡੀਆਂ ਹੈਗੀਆਂ, 25% ਸਬਸਿਡੀ ਹੈਗੀ ਜਨਰਲ ਕੈਟਾਗਰੀਜ਼ ਲਈ। ਜਿਹੜੇ SC ਕੰਪੋਨੈਂਟ ਆ ਉਹਦੇ ਵਿੱਚ 33% ਸਬਸਿਡੀ ਹੈ, ਚਾਹੇ ਤੁਸੀਂ ਪੋਲਟਰੀ ਦਾ ਬਰਾਇਲਰ ਫਾਰਮਿੰਗ ਕਰ ਲਓ, ਚਾਹੇ ਤੁਸੀਂ ਲੇਅਰ ਦਾ ਕੰਮ ਕਰ ਲਓ, ਇੱਦਾਂ ਸਾਰੇ ਧੰਦਿਆਂ ਦੇ ਵਿੱਚ ਜਿਹੜੀ ਆ ਸਬਸਿਡੀ ਸਰਕਾਰ ਵੱਲੋਂ ਨਵਾਰਡ ਦੇ ਤਹਿਤ ਹੀ ਮੁਹੱਈਆ ਕਰਵਾਈ ਜਾਂਦੀ ਹੈ। ਅਤੇ ਵਿਭਾਗ ਵੱਲੋਂ ਜਿੱਥੇ ਸਾਡੇ ਇਲਾਕੇ 'ਚ ਜਿਵੇਂ ਫਾਰਮ ਖਿਲਾਉਂਦੇ ਹਾਂ ਅਸੀਂ, ਟ੍ਰੇਨਿੰਗ ਕਰਦੇ ਹਾਂ, ਉਹਨਾਂ ਦਾ ਬੈਂਕਾਂ ਨਾਲ ਟਾਈ ਅਪ ਕਰਵਾਉਂਦੇ ਹਾਂ, ਅਤੇ ਉਹਦੇ ਨਾਲ ਜਿਹੜਾ ਵਿਭਾਗ ਜਿਹੜਾ, ਤਾਂ ਕਿ ਜਿਹੜੇ ਸਾਡੇ ਕਿਸਾਨ ਹੈ ਉਹਨਾਂ ਨੂੰ ਜਿਹੜਾ ਲੋਨ ਮਿਲ ਸਕੇ, ਅਤੇ ਉਹ ਆਪਣਾ ਜਿਹੜਾ ਕਾਰੋਬਾਰ ਹੈ ਉਹਦੇ 'ਚ ਚੰਗੀ ਤਰੀਕੇ ਨਾਲ ਕਾਮਯਾਬ ਹੋ ਸਕਣ। ਪਿਗਰੀ ਫਾਰਮਿੰਗ ਸਭ ਤੋਂ ਵਧੀਆ ਧੰਦਾ ਹੈ, ਜੇ ਬਾਕੀ ਕੰਪੈਰੀਜ਼ਨ ਕਰੀਏ ਗੋਟਰੀ ਨਾਲ, ਜਾਂ ਕੰਪੈਰੀਜ਼ਨ ਕਰੀਏ ਆਪਾਂ ਉਹਦੇ ਨਾਲ ਜਿਹੜਾ ਗਾਵਾਂ ਮੱਝਾਂ ਦੇ ਨਾਲ, ਇਹਦੇ 'ਚ ਜ਼ਿਆਦਾ ਆਮਦਨ ਹੁੰਦੀ ਹੈ, ਕਿਉਂਕਿ ਇੱਕ ਜਿਹੜੀ ਸੂਰੀ ਹੈ ਇਹ ਘੱਟ ਟਾਈਮ 'ਚ ਸੂ ਪੈਂਦੀ ਹੈ ਅਤੇ ਬੱਚੇ ਦੇ ਦਿੰਦੀ ਹੈ, 12-13-14 ਦੇ ਸਕਦੀ ਹੈ। ਜੇ ਫਾਰਮਰ ਨੂੰ ਸਹੀ ਗਿਆਨ ਹੋ ਜਾਵੇ ਤਾਂ ਜਿਹੜਾ ਕਿਸਾਨ ਹੈ ਉਹ ਤੋਂ ਜ਼ਿਆਦਾ ਬੱਚੇ ਲੈ ਸਕਦਾ, ਉਹਦੇ ਨਾਲ ਉਹਦੀ ਆਮਦਨ ਜਿਹੜੀ ਆ ਉਹਦੇ 'ਚ ਕਾਫੀ ਜ਼ਿਆਦਾ ਵੱਧਦੀ ਹੈ। ਘੱਟ ਜਗ੍ਹਾ ਦੀ ਲੋੜ ਪਈ,
ਬੱਚੇ ਜ਼ਿਆਦਾ ਪੈਦਾ ਹੋਏ, ਉਹਦੇ ਨਾਲ ਉਹਦੀ ਆਮਦਨ ਜਿਹੜੀ ਆ ਕਾਫੀ ਜ਼ਿਆਦਾ ਵਧੂਗੀ। ਅੱਜ ਕੱਲ੍ਹ ਜਿਹੜੇ ਲੋਕ ਕਈ ਧੰਦਾ ਕਰਦੇ ਆ ਕਿ ਜਿਹੜਾ ਪਿਗਰੀ ਆ ਇਹਦੇ ਵਿੱਚ ਅਸੀਂ ਜਿਹੜੇ ਵੇਸਟ ਹੈ, ਕਿਚਨ ਵੇਸਟ ਹੈ, ਈਵਨ ਕਿ ਮੈਰਿਜ ਪੈਲਸਾਂ ਦੇ ਵਿੱਚੋਂ ਕੋਈ ਹੋਟਲ ਢਾਬਿਆਂ ਦਾ ਵੇਸਟ ਹੈ, ਉਹ ਵੀ ਕੁਛ ਪਰਸੈਂਟ ਤੱਕ ਅਸੀਂ ਫੀਡ ਦੇ ਹਿੱਸੇ ਦੇ ਤੌਰ 'ਤੇ ਪਾ ਸਕਦੇ ਹਾਂ ਅਤੇ ਸਾਡੀ ਆਮਦਨ ਦੇ ਵਿੱਚ ਇਜਾਫਾ ਹੋ ਸਕਦਾ। ਜੇ ਪਿਗਰੀ ਫਾਰਮਰਜ਼ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਵੇਂ ਘਰਾਂ 'ਚ ਰੋਟੀਆਂ ਬਚਦੀਆਂ, ਸਬਜ਼ੀਆਂ ਬਚਦੀਆਂ, ਉੱਥੋਂ 'ਤੇ ਵੀ ਜੇ ਕੋਸ਼ਿਸ਼ ਕਰਨ ਇਕੱਠਾ ਕਰਕੇ ਮਾਲ ਨਾਲ ਵੀ ਅਸੀਂ ਜਿਹੜੀ ਆਪਣੀ ਇਸ ਪਿਗਰੀ ਇੰਡਸਟਰੀ ਹੈ ਇਹਨੂੰ ਕਾਮਯਾਬ ਕਰ ਸਕਦੇ। ਪਰ ਅੱਜ ਕੱਲ੍ਹ ਇਹਦੇ 'ਚ ਕਈ ਪ੍ਰੋਬਲਮਸ ਆਈਆਂ ਕਿਉਂਕਿ ਅੱਜ ਕੱਲ੍ਹ ਮੰਡੀਕਰਨ ਦੀ ਕਾਫੀ ਵੱਡੀ ਪ੍ਰੋਬਲਮ ਸ਼ੁਰੂ ਹੋਈ ਹੈ, ਪਰ ਇਹ ਪਰਮਾਨੈਂਟ ਨਹੀਂ ਹੈ, ਇਹ ਥੋੜ੍ਹੀ ਦੇਰ ਦੀ ਪ੍ਰੋਬਲਮ ਹੈ, ਸਮੇਂ ਨਾਲ ਇਹ ਠੀਕ ਹੋ ਜੂਗੀ। ਅਤੇ ਇਸ ਲਈ ਜਿਹੜਾ ਪਿਗਰੀ ਦਾ ਧੰਦਾ ਹੈ ਇਹ ਬਹੁਤ ਲਾਹੇਵੰਦ ਹੈ ਅਤੇ ਇਹਨੂੰ ਅਪਣਾਉਣ ਦੀ ਲੋੜ ਹੈ। ਪਰ ਇਸ ਅਪਣਾਉਣ ਤੋਂ ਪਹਿਲਾਂ ਮੈਂ ਜ਼ਰੂਰ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਸਾਨੂੰ ਪਹਿਲਾਂ ਜਿਹੜੀ ਸਾਡਾ ਇਹਦੇ ਬਾਰੇ ਚੰਗੀ ਤਰ੍ਹਾਂ ਸਟੱਡੀ ਕਰਨਾ ਚਾਹੀਦਾ, ਸਟੱਡੀ ਕਰਨ ਤੋਂ ਉਪਰੰਤ ਹੀ ਸਾਨੂੰ ਧੰਦਾ ਸ਼ੁਰੂ ਕਰਨਾ ਚਾਹੀਦਾ, ਚਾਹੇ ਮਾਰਕੀਟਿੰਗ ਕਿਵੇਂ ਕਰਾਂਗੇ ਅਸੀਂ, ਕੀ ਲੋਕਲ ਮਾਰਕੀਟਿੰਗ ਕਰ ਸਕਦੇ ਹਾਂ ਅਸੀਂ। ਸਾਡੇ ਸਾਰੇ ਪੰਜਾਬ ਦੇ ਵਿੱਚ ਡਿਫਰੈਂਟ ਹੈ ਜੀ, ਹਰੇਕ ਦਾ ਇਲਾਕੇ ਦੇ ਮੁਤਾਬਕ, ਪਾਣੀ ਦੇ ਮੁਤਾਬਕ ਜਿਹੜੀਆਂ ਵਰਾਇਟੀਆਂ ਨੇ ਇਹਨਾਂ 'ਚ ਵੱਧ ਘੱਟ ਹੋ ਜਾਂਦੀਆਂ ਨੇ। ਮੈਂ ਪਹਿਲਾਂ ਕਤਲਾ, ਰੋਹੂ, ਮਿਰਗਲ, ਗੋਲਡਨ ਗਰਾਸ ਕਾਰਪ ਪਾਲਦੇ ਸੀਗੇ, ਪਰ ਸਾਡਾ ਜਿਹੜਾ ਫਾਰਮ ਹੈ ਨਾ ਜੀ, ਇਹ ਕਤਲਾ ਬਹੁਤ ਘੱਟ ਹੁੰਦਾ ਇਹਦੇ ਵਿੱਚ, ਸੋ ਇਹਦੀ ਥਾਂ ਅਸੀਂ ਸਿਲਵਰ ਅਤੇ ਬਿੱਗ ਹੈੱਡ ਪਾਉਂਦੇ ਹਾਂ ਜਿਹੜਾ ਕਿ ਕਾਫੀ ਫਾਸਟ ਗਰੋਇੰਗ ਹੈ ਜੀ, ਕਾਫੀ ਫਾਸਟ ਗਰੋਇੰਗ ਹੈ, ਅਤੇ ਉਹਦੇ ਨਾਲ ਅਸੀਂ ਬੜੇ ਸੈਟਿਸਫਾਈ ਹਾਂ। ਬੀਜ ਦੀ ਕੋਈ ਪ੍ਰੋਬਲਮ ਨਹੀਂ, ਸੀਡ ਦੀ ਉਹ ਵੱਡੀ ਪ੍ਰੋਬਲਮ ਹੁੰਦੀ ਆ ਉਹ ਹੁਣ ਗੌਰਮੈਂਟ ਨੇ ਹੱਲ ਕਰਤੀ ਜੀ, ਹਰ ਜ਼ਿਲ੍ਹੇ ਦੇ ਵਿੱਚ ਹੈ, ਬੜਾ ਕੁਆਲਿਟੀ ਹੈ ਸੀਡ ਦਿੰਦੇ ਨੇ। ਅੱਗੇ ਸਾਨੂੰ ਬੜੀ ਪ੍ਰੋਬਲਮ ਸੀ, ਘੱਟ ਗਿਣਤੀ 'ਚ ਮਿਲਦਾ ਸੀਗਾ, ਪਰ ਹੁਣ ਸਾਰੇ ਸੈਟਿਸਫਾਈ ਕਰਕੇ ਪੂਰੀ ਗਿਣਤੀ ਦੇ ਵਿੱਚ ਦੇ ਰਹੇ ਨੇ ਅਤੇ ਸਾਰਾ ਪੰਜਾਬ ਬੜਾ ਖੁਸ਼ ਹੈ, ਸਰਕਾਰ ਦਾ ਵੀ, ਮਹਿਕਮਿਆਂ ਦਾ ਵੀ, ਜਿਹੜਾ ਕਿ ਸਾਡੀ ਸੁਣੀ ਹੈ ਇਹਨਾਂ ਨੇ, ਅਤੇ ਹਰ ਪੱਖੋਂ ਸਾਨੂੰ ਮਾੜੀ ਜਿਹੀ ਗੱਲ ਕਹਿੰਦੇ ਹਾਂ ਉਹਦੀ ਡਿਪਾਰਟਮੈਂਟ ਆ ਜਾਂਦਾ, ਜੇ ਕੋਈ ਕਦੇ ਗੱਲ ਤਾਂ ਹੁੰਦੀ ਨਹੀਂ। ਵੱਧ ਤੋਂ ਵੱਧ ਦੋ ਨੁਕਸ ਪੈਂਦੇ ਨੇ ਜੀ ਮੇਰੇ ਮੁਤਾਬਕ, ਇੱਕ ਤਾਂ ਜੂੰ ਪੈਂਦੀ ਹੈ ਜੀ, ਇੱਕ ਆਕਸੀਜਨ ਘੱਟਦੀ ਹੈ, ਜਦ ਦਿਨ ਜ਼ਿਆਦਾ ਦਿਨ ਬੱਦਲ ਰਹਿ ਜਾਣ ਉਦੋਂ ਆਕਸੀਜਨ ਦੀ ਡਿਪਲੀਸ਼ਨ ਹੋ ਜਾਂਦੀ, ਘੱਟ ਜਾਂਦੀ ਹੈ, ਉਹਦੀ ਬੜੀ ਸੌਖੀ ਪਛਾਣ ਹੈ, ਉਹ ਉੱਪਰ ਆ ਕੇ ਸਵੇਰੇ ਮੂੰਹ ਅੜਦੀ ਹੈ, ਸੋ ਉਹਦੇ ਨਾਲ ਗੋਲੀਆਂ ਵੀ ਬੜੀ ਕੈਮੀਕਲ ਆ ਗਈਆਂ, ਏਰੀਏਟਰ ਆ ਗਏ, ਉਹ ਚਲਾ ਦਿਓ, ਕੋਈ ਐਡੀ ਪ੍ਰੋਬਲਮ ਨਹੀਂ। ਬਾਕੀ ਜਿਹੜੀ ਜੂਆਂ ਹੈ ਉਹਦੇ ਲਈ ਵੀ, ਆਮ ਤੌਰ 'ਤੇ ਜੂਆਂ ਹੈ, ਉਹਦੇ ਲਈ ਵੀ ਬੜੀਆਂ ਦਵਾਈਆਂ ਬਣ ਗਈਆਂ ਨੇ, ਮਹਿਕਮਾ ਬੜਾ ਦੱਸਦਾ ਵੀ ਆਹ ਪਾਓ, ਇੰਨੀ ਡੋਜ਼ ਪਾਓ, ਸੋ ਉਹ ਵੀ ਕੋਈ ਪ੍ਰੋਬਲਮ ਨਹੀਂ ਹੈ ਜੀ। ਬਾਕੀ ਆ ਗਈ ਵਿਕਣ ਦੀ ਗੱਲ, ਵੇਚਣ ਦਾ ਤਾਂ ਕੋਈ ਪ੍ਰੋਬਲਮ ਨਹੀਂ, ਸਾਰੇ ਪੰਜਾਬ 'ਚੋਂ ਸਭ ਤੋਂ ਵੱਡੀ ਮੰਡੀ ਲੁਧਿਆਣਾ, ਤਾਜਪੁਰ ਰੋਡ ਦੇ ਉੱਤੇ ਬਹੁਤ ਵੱਡੀ, 50 ਕਰੋੜ 2-3 ਕਰੋੜ ਰੁਪਈਆ ਲਾ ਕੇ ਲਾਈ ਸੀ, ਉਹ ਸਾਰਾ ਪੰਜਾਬ ਦੇ, ਪਟਿਆਲੇ ਦੇ, ਜਲੰਧਰ ਦੇ, ਬਠਿੰਡੇ ਦੇ ਇੱਥੇ ਆ ਕੇ ਵੇਚਦੇ ਨੇ, ਸੋ ਜਿਹਨਾਂ ਕੋਲ ਵੱਧ ਹੁੰਦੀ ਹੈ ਉਹ ਲੁਧਿਆਣੇ ਲੈ ਜਾਂਦੇ ਨੇ। ਵੈਸੇ ਪੰਜਾਬ 'ਚ ਰਿਵਾਜ਼ ਹੈ ਸਾਰੇ ਠੇਕੇਦਾਰ ਨੂੰ ਹੀ ਵੇਚਦੇ ਨੇ ਫਾਰਮਰ, ਕਿਉਂਕਿ ਜਾਲ ਬਹੁਤ ਚਾਹੀਦੇ ਨੇ, ਬੰਦੇ ਬਹੁਤ ਚਾਹੀਦੇ ਨੇ, ਟੈਂਪੂ ਚਾਹੀਦਾ, ਬਰਫ, ਉਹ ਆਮ ਫਾਰਮਰ ਨਹੀਂ ਕਰ ਸਕਦਾ। ਸੋ ਅਸੀਂ ਤਾਂ, ਮੈਂ ਤਾਂ ਖੇਤ 'ਚ ਵੇਚਦਾ, ਅਤੇ ਮੇਰਾ ਕੰਸੈਪਟ ਇਹ ਹੈ ਜੀ, ਮੈਂ ਇੱਕੋ ਫਾਰਮਰ, ਇੱਕੋ ਸ਼ਿਕਾਰੀ ਨੂੰ ਵੇਚਦਾ। ਜਦ ਮੈਂ 1984 'ਚ ਵੈਰੀ ਫਸਟ ਡੇ ਵੇਚੀ ਹੈ ਜੀ, ਉਦੋਂ 6 ਰੁਪਈਏ ਭਾਅ ਸੀ ਜੀ, ਕੁਛ ਦਿਨ ਤੋਂ ਬਾਅਦ 8 ਹੋ ਗਿਆ, ਫਿਰ 5-7 ਸਾਲ 10 ਰੁਪਈਏ ਰਿਹਾ, 1990 ਦੇ ਵਿੱਚ ਆ ਕੇ ਇਹ ਇੱਕਦਮ 30 ਰੁਪਏ ਹੋ ਗਿਆ ਸੀ, ਫਿਰ ਹੌਲੀ 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 ਵੱਧਦਾ ਗਿਆ। ਹੁਣ ਅੱਜ ਕੱਲ੍ਹ ਸਾਰੇ ਫਾਰਮਰ ਜਿਹਨਾਂ ਦੀ ਕਿ ਮੰਡਿਓਕਰ ਜੀ 300-400 ਗ੍ਰਾਮ ਦੀ ਮੱਛੀ ਹੁੰਦੀ ਆ, ਉਹ 100 ਰੁਪਏ ਰੇਟ ਫਿਕਸੇ ਚੱਲ ਰਿਹਾ, ਫਾਰਮ ਦੇ ਉੱਤੇ 100 ਰੁਪਈਆ ਕੈਸ਼ ਵਿਕਦਾ, ਅਤੇ ਉਹ ਲੁਧਿਆਣੇ ਵੇਚਦੇ ਨੇ, ਜਾਂ ਜਿਹੜੀ ਮੇਰੀ ਪਾਰਟੀ ਆ ਖੰਨੇ ਕੱਟ ਕੇ ਵੇਚਦੇ ਨੇ, ਉਹਨਾਂ ਨੂੰ 4 ਪੈਸੇ ਵਿਚਾਰਿਆਂ ਨੂੰ ਵੱਧ ਜਾਂਦੇ ਨੇ। ਕਿੰਨੀ ਲੇਬਰ ਆ, ਕਿੰਨੀ ਲੇਬਰ ਆ ਜਿਹੜੀ ਬਾਹਰੋਂ ਆ ਕੇ ਇੱਥੇ ਪੰਜਾਬ ਦੇ ਵਿੱਚ ਮੱਛੀ ਦਾ ਕੰਮ ਕਰਦੇ ਨੇ, ਪਰਿਵਾਰ ਪਾਲਦੇ ਨੇ ਪਿੱਛੇ ਬਿਹਾਰ ਦੇ ਵਿੱਚ, ਅਤੇ ਮੇਰੇ ਵੀ ਜਿਹੜੇ ਲੇਬਰ ਦੀ ਕੋਈ ਬਾਹਲੀ ਲੋੜ ਨਹੀਂ ਹੈ ਭਰਾਵੋ, ਇੱਕ ਬੰਦਾ ਹੀ ਸਾਰ ਸਕਦਾ,
ਬਿਜਲੀ ਚਾਹੀਦੀ ਹੈ, ਥੋੜ੍ਹੀ ਬਹੁਤ ਫੀਡ ਚਾਹੀਦੀ ਹੈ, ਨੋ ਹੋ ਚਾਹੀਦਾ। ਮੈਂ ਇਹੀ ਕਹਿੰਦਾ ਵੀ ਪਾਣੀ ਦੀ ਕੁਆਲਿਟੀ ਠੀਕ ਚਾਹੀਦੀ ਹੈ। ਜਿਹੜੇ ਕਈ ਨਾ ਗਲਤ ਚੀਜ਼ਾਂ ਪਾ ਦਿੰਦੇ ਨੇ, ਜਿਵੇਂ ਕਿ ਬਿੱਠ ਵੱਧ ਪਾ ਦਿੰਦੇ ਨੇ ਬਿੱਠਾਂ ਮੁਰਗੇ ਦੀਆਂ, ਉਹ ਨਹੀਂ ਚਾਹੀਦੀਆਂ। ਪਾ ਲਓ ਥੋੜ੍ਹੀ ਬਹੁਤ ਇੱਕ ਦੋ ਟੋਕਰੀ, ਉਹਦੇ ਨਾਲ ਇਹ ਪੋਲਿਊਸ਼ਨ ਹੁੰਦਾ। ਸੂਰ ਪਾਲਣ ਦੇ ਕਿੱਤੇ ਵਿੱਚ ਜੋ ਸੂਰਾਂ ਦੀ ਰਹਿੰਦ ਖੂੰਹਦ ਹੁੰਦੀ ਹੈ ਉਹ ਮੱਛੀਆਂ ਦੀ ਖੁਰਾਕ ਵਜੋਂ ਵਰਤੀ ਜਾ ਸਕਦੀ ਹੈ। ਮੱਛੀ ਅਤੇ ਸੂਰ ਪਾਲਣ ਦੇ ਸਾਂਝੇ ਕਿੱਤੇ ਵਿੱਚ ਕਿਸਾਨ ਨੂੰ ਤਲਾਬਾਂ ਦੀ ਪਟਾਈ ਅਤੇ ਸ਼ੈੱਡਾਂ ਦੀ ਬਣਤਰ ਦਾ ਅਗਾਊਂ ਵਿਚਾਰ ਕਰਨ ਦੀ ਲੋੜ ਹੁੰਦੀ ਹੈ ਤਾਂ ਜੋ ਇਹ ਦੋਵੇਂ ਕਿੱਤੇ ਵਧੀਆ ਤਾਲਮੇਲ ਨਾਲ ਚੱਲਦੇ ਰਹਿਣ। ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਨਾ ਕੁਛ ਸਾਲਾਂ ਤੋਂ ਸੀਗਾ ਪਿਗਰੀ ਬਾਰੇ ਬਹੁਤ ਸੋਚਿਆ ਸੀਗਾ, ਸੋ ਮੈਂ ਵੀ 2019 ਦੇ ਵਿੱਚ ਸ਼ੁਰੂ ਕਰੀ ਹੈ ਜੀ। ਮੈਂ 40 ਸੂਰੀਆਂ ਤੋਂ ਸ਼ੁਰੂ ਕਰੀ ਸੀ। ਪਹਿਲਾਂ ਕੁਛ ਪ੍ਰੋਬਲਮਸ ਆਈਆਂ, ਬੱਚੇ ਹੁੰਦੇ ਸੀ, ਇੱਕ ਤਾਂ ਸਰਦੀ ਆ ਗਈ, ਸਰਦੀ ਦੇ ਵਿੱਚ ਮਰ ਜਾਂਦੇ ਸੀਗੇ, ਦਵਾਈਆਂ ਦਾ ਨਹੀਂ ਸੀ ਕੁਛ ਪਤਾ। ਪਰ ਹੌਲੀ ਹੌਲੀ ਮਹਿਕਮੇ ਵੀ ਥੋੜ੍ਹੀ ਬਹੁਤ ਮਦਦ ਕਰਦਾ ਰਿਹਾ, ਪਰ ਹੈ ਨਹੀਂ ਡਾਕਟਰ ਨਹੀਂ ਹੈ ਜੀ ਲੋਕਲ ਪਿਗਰੀ ਦੇ, ਕਿਉਂਕਿ ਪਿਗਰੀ ਸਾਡੇ ਲੁਧਿਆਣੇ ਜ਼ਿਲ੍ਹੇ 'ਚ ਸਾਡੇ ਸਾਈਡ ਸਮਰਾਲੇ ਸਾਈਡ ਬਹੁਤ ਥੋੜ੍ਹੀ ਹੈ। ਸੋ ਹੌਲੀ ਹੌਲੀ ਵੀਰਾਂ ਤੋਂ ਇੱਕ ਦੂਜੇ ਤੋਂ ਪੁੱਛਦੇ ਰਹੇ, ਪਹਿਲਾਂ ਕੰਪਨੀਆਂ ਦੀਆਂ ਫੀਡ ਪਾਈ, ਉਹ ਬਹੁਤ ਜ਼ਿਆਦਾ ਮਹਿੰਗੀ ਸੀਗੀ, ਸੋ ਉਹਨੂੰ ਬਦਲ ਕੇ ਹੁਣ ਅਸੀਂ ਘਰ ਹੀ ਤਿਆਰ ਕਰਦੇ ਹਾਂ। ਬੜਾ ਵਧੀਆ ਕੰਮ ਹੈ ਜੀ, ਬਹੁਤ ਵਧੀਆ। ਮੇਰੇ 9 ਤੋਂ 10 ਨਿਕਲਦੇ ਨੇ, 9 ਕੁ ਬੱਚਿਆਂ ਦੀ ਔਸਤ ਪੈ ਰਹੀ ਹੈ। ਹੁਣ ਦੂਜਾ ਲੀਟਰ ਚੱਲਦਾ, ਦੂਈ ਵਾਰ ਸੋ ਰਹੀਆਂ ਨੇ, ਅਤੇ ਬੜਾ ਵਧੀਆ ਜੀ। ਥੋੜ੍ਹੀ ਜਿਹੀ ਪ੍ਰੋਬਲਮ ਆਈ ਹੈ, ਉਹ ਸਾਰੀ ਦੁਨੀਆ 'ਤੇ ਆਈ ਹੈ, ਕਰੋਨਾ ਕਰਕੇ ਹਰ ਇੱਕ ਨੂੰ ਆਈ ਹੈ, ਸਾਨੂੰ ਵੀ ਆਈ ਹੈ ਥੋੜ੍ਹੀ ਜਿਹੀ ਪਿਗਰੀ ਦੀ। ਜਿਹੜੀ ਸਟੇਟਸ ਖਾਂਦੀਆਂ ਸੀਗੀਆਂ ਅਸਾਮ ਵਗੈਰਾ ਉੱਧਰ, ਉੱਥੇ ਥੋੜ੍ਹਾ ਜਿਹਾ ਕੋਈ ਪ੍ਰੋਬਲਮ ਆਈ ਹੋਈ ਹੈ, ਸਵਾਈਨ ਫਲੂ ਆ ਗਿਆ, ਬਿਮਾਰੀ ਆ। ਚਲੋ ਉਹ ਤਾਂ ਟਾਈਮਲੀ ਹੁੰਦਾ, ਖਤਮ ਹੋ ਜੂਗਾ। ਥੋੜ੍ਹੇ ਜਿਹੇ ਥਾਂ ਦੇ ਵਿੱਚ ਦੇਖ ਲਓ, ਤੁਸੀਂ ਦੇਖ ਰਹੇ ਹੋ ਸ਼ੈੱਡ, ਥੋੜ੍ਹੇ ਜਿਹੇ ਥਾਂ ਦੇ ਵਿੱਚ ਇਸ ਵੇਲੇ 200 ਹੈ ਜੀ, 200 ਇੰਨੇ ਕੁ ਥਾਂ 'ਚ ਆ ਜਾਣੀ। 2 ਕਨਾਲ ਦੇ 3 ਕਨਾਲ ਦੇ ਵਿੱਚ ਤੁਸੀਂ 1000 ਬੱਚਾ ਵੀ ਪਾਲ ਸਕਦੇ ਹੋ। ਕੋਈ ਇਹੋ ਜਿਹੀ ਗੱਲ ਨਹੀਂ ਹੈ ਜਿਹੜੀ ਤੁਸੀਂ ਇੰਨੇ ਥੋੜ੍ਹੇ ਥਾਂ ਦੇ ਵਿੱਚ ਇੰਨੀ ਕਰ ਸਕਦੇ ਹੋ। ਬਿਮਾਰੀ ਬਿਮੂਰੀ ਕੋਈ ਹੈ ਨਹੀਂ ਲੰਬੀ ਚੌੜੀ, ਹਾਲੇ ਤੱਕ 1.5 ਸਾਲ ਹੋ ਗਿਆ ਜੀ, ਕੋਈ ਐਡੀ ਪ੍ਰੋਬਲਮ ਨਹੀਂ ਆਈ, ਕੋਈ ਨਹੀਂ ਹਾਲੇ ਤੱਕ ਸਾਡੀ ਸੂਰੀ ਮਰੀ ਕੋਈ ਵੀ। ਬੱਚੇ ਜ਼ਰੂਰ ਸਾਡੇ ਥੋੜ੍ਹੇ ਜਿਹੇ ਪੈਲਟਸ ਮਰਦੇ ਸੀ, ਚਲੋ ਇਹ ਤਾਂ ਨਵਾਂ ਨਵਾਂ ਕੰਮ ਹੁੰਦਾ, ਸਾਰਿਆਂ ਨੂੰ ਹੋਏ ਜਾਂਦਾ, ਪਰ ਬਹੁਤ ਸੈਟਿਸਫਾਈ ਹੈ। ਵੀਰਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਸਾਡੀਆਂ ਕਈ ਯੂਨੀਅਨ ਨੇ, ਉਹਨਾਂ ਦੇ ਮੈਂਬਰ ਬਣੇ ਹੋਏ ਆ, ਉਹ ਸਾਨੂੰ ਵੇਲੇ ਕੁ ਵੇਲੇ ਜੇ ਜ਼ਰੂਰਤ ਪੈਂਦੀ ਆ ਉਹ ਸਾਨੂੰ ਸਮਝਾ ਦਿੰਦੇ ਨੇ। ਸੋ ਭਰਾਵੋ ਬਹੁਤ ਵਧੀਆ, ਛੋਟੇ ਜਿਹੇ ਥਾਂ ਦੇ ਵਿੱਚ, ਮੇਰਾ ਤਾਂ ਨਾਲ ਫਿਸ਼ਰੀ ਹੋਣ ਕਰਕੇ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਵੀ ਬਹੁਤ ਜ਼ਿਆਦਾ ਲਾਭ ਹੋਇਆ। ਸਿੱਧਾ ਇੱਥੋਂ ਅਸੀਂ ਥੋੜ੍ਹੇ ਜਿਹੇ ਉੱਚੇ ਥਾਂ ਬੈਠੇ ਹਾਂ, ਪਾਈਪ ਰਾਹੀਂ ਧੋਂਦੇ ਹਾਂ, ਸਾਰਾ ਵੇਸਟ ਵਿੱਚ ਚਲੇ ਜਾਂਦੀ ਆ। ਸੋ ਵੈਲ ਸੈਟਿਸਫਾਈ ਹਾਂ, ਕੋਈ ਬਿਮਾਰੀ ਨਹੀਂ ਹੈ ਇਸ ਵਕਤ, ਅਤੇ ਮੈਨੂੰ ਤਾਂ ਲੱਗਦਾ ਵੀ ਇਹਦਾ ਇੱਕ ਬਹੁਤ ਵੱਡਾ ਫਿਊਚਰ ਹੋਊ। ਥੋੜ੍ਹੇ ਦਿਨ ਪਹਿਲਾਂ ਪਤਾ ਲੱਗਿਆ ਵੀ ਮੱਤੇਵਾੜੇ ਸਰਕਾਰ ਸਲਾਟਰ ਹਾਊਸ 'ਤੇ ਪੈਕਿੰਗ ਦਾ ਲਾਉਣ ਲੱਗੀ ਹੈ, ਸੋਚ ਰਹੇ ਨੇ, ਸਾਡੇ ਫਾਰਮਰ ਵੀ ਉਹਦੇ ਮੈਂਬਰ ਬਣਨਗੇ। ਇਸ ਦੀ ਟ੍ਰੇਨਿੰਗ ਹੈ ਜੀ ਜਿਹੜੀ ਮੈਂ ਆਪਣੇ ਖਰੜ ਤੋਂ ਲਈ ਸੀਗੀ ਜੀ, ਗੌਰਮੈਂਟ ਵਾਲਿਆਂ ਤੋਂ। ਬੜਾ ਛੱਜੂ ਮੱਜ ਰਹੇ ਹੈ ਜੀ, ਬੜਾ ਸਾਨੂੰ ਲਾਭਦਾਇਕ ਰਿਹਾ। ਉਹਨਾਂ ਨੇ ਸਾਨੂੰ ਬੇਸਿਕ ਦੱਸਿਆ ਕਿ ਇਹਦੇ ਕੀ ਕੁਛ ਹੁੰਦਾ, ਪਿਗ ਫਾਰਮ ਕਿਵੇਂ ਸਟਾਰਟ ਕਰਨਾ ਹੈ, ਕਿਵੇਂ ਇੰਜੈਕਸ਼ਨਸ ਲਗਾਉਣੇ ਆ, ਵਗੈਰਾ ਵਗੈਰਾ। ਪਰ ਜਦ ਤੱਕ ਤੁਸੀਂ ਪ੍ਰੈਕਟੀਕਲ ਨਹੀਂ ਕਰਦੇ ਉਦੋਂ ਤੱਕ ਤੁਹਾਨੂੰ ਬੜੀ ਮੁਸ਼ਕਲ ਹੋ ਜਾਂਦੀ ਹੈ, ਪ੍ਰੈਕਟੀਕਲ ਨਾਲ ਹੀ ਤੁਹਾਨੂੰ ਨੌਲੇਜ ਵੱਧਦੀ ਹੈ। ਇੱਕ ਮੈਂ ਤੁਹਾਨੂੰ ਸੁਜੈਸਟ ਕਰਨਾ ਚਾਹੂੰਗਾ ਜੀ ਕਿ ਇੱਕਦਮ ਵਧਾਓ ਨਾ, ਥੋੜ੍ਹੇ ਤੋਂ ਕਰੋ, 10 ਸੂਰੀਆਂ ਤੋਂ ਕਰੋ, ਤੁਸੀਂ ਤੁਹਾਨੂੰ ਨੌਲੇਜ ਲੈਂਦੇ ਲੈਂਦੇ ਸਾਲ ਲੱਗ ਜਾਂਦਾ ਜੀ, ਉਦੋਂ ਬਾਅਦ ਜਿੰਨਾ ਮਰਜ਼ੀ ਐਕਸਪੈਂਡ ਕਰ ਲਓ, ਪਰ ਥੋੜ੍ਹੇ ਤੋਂ ਵਧਾਓ, ਇੱਕਦਮ ਵਧਾ ਕੇ ਨਾ ਕੰਮ ਕਰੋ।
ਇਹਦੇ ਵਿੱਚ ਬਹੁਤ ਦਿੱਕਤਾਂ ਆ ਜਾਂਦੀਆਂ, ਫਾਈਨੈਂਸ਼ੀਅਲ ਦਿੱਕਤ ਆ ਜਾਂਦੀ ਹੈ, ਬਾਕੀ ਤੁਹਾਨੂੰ ਸੂਰੀਆਂ ਦੀ ਦਿੱਕਤ ਆ ਜਾਂਦੀ ਹੈ, ਥੋੜ੍ਹੇ ਤੋਂ ਵਧਾਓ, ਵਧਾ ਜਿੰਨਾ ਮਰਜ਼ੀ। ਦੇਖੋ ਜੀ, ਹਜੇ ਤੱਕ ਦੇਖੋ ਇਹ ਲਾਈਫ ਸਟੋਕ ਹੈ ਜੀ, ਬਿਮਾਰੀਆਂ ਤਾਂ ਮਾੜੀਆਂ ਮੋਟੀਆਂ ਆਉਂਦੀਆਂ ਰਹਿੰਦੀਆਂ, ਕਦੇ ਕਿਸੇ ਨੂੰ ਲੂਜ਼ ਮੋਸ਼ਨਸ ਲੱਗ ਗਏ, ਕਦੇ ਕਿਸੇ ਦੇ ਧੱਫੜ ਹੋ ਗਏ, ਕਦੇ ਗਰਮੀ ਨਾਲ ਬੁਖਾਰ ਚੜ੍ਹ ਗਿਆ, ਇਹ ਤਾਂ ਥੋੜ੍ਹਾ ਬਹੁਤ ਚੱਲਦਾ ਰਹਿੰਦਾ, ਪਰ ਹਜੇ ਤੱਕ ਮੇਜਰ ਬਿਮਾਰੀ ਇਹਦੀ ਕੋਈ ਹਜੇ ਤੱਕ ਆਈ ਨਹੀਂ। ਆਮ ਜ਼ਿਮੀਂਦਾਰਾਂ ਨੂੰ ਇਹ ਹੈ ਜੀ, ਵੀਰੋ ਥੋੜ੍ਹੇ ਤੋਂ ਕੰਮ ਵਧਾਓ, ਵਧਾ ਕੇ ਜਾਂ 4-6 ਮਹੀਨੇ ਬਾਅਦ ਚੰਗੀ ਨੌਲੇਜ ਹੋ ਜਾਵੇ, ਵਧਾ ਜਿੰਨਾ ਮਰਜ਼ੀ ਲਓ, ਬਹੁਤ ਵਧੀਆ ਕੰਮ ਹੈ, ਬਹੁਤ ਜ਼ਿਆਦਾ ਵਧੀਆ ਕੰਮ ਹੈ। ਸਹਾਇਕ ਧੰਦਾ ਇਹ ਜਿਵੇਂ ਮੱਛੀ ਫਾਰਮ ਹੈ, ਮੱਛੀ ਫਾਰਮ ਦੇ ਨਾਲ ਸਾਡਾ ਜਿਵੇਂ ਸੂਰ ਫਾਰਮ ਹੈ, ਇਹਦੀ ਵੇਸਟ ਨਾਲ ਮੱਛੀ ਮੁਫਤ ਪਾਲ ਰਹੀ ਹੈ, ਜੇ ਦੇਖਿਆ ਜਾਵੇ ਉਹਦੀ ਸਾਨੂੰ ਖੁਰਾਕ ਦਾ ਖਰਚਾ ਬਿਲਕੁਲ ਨਹੀਂ ਹੈ, ਜਿਹੜੀ ਮੱਛੀ ਫ੍ਰੀ ਪਾਲ ਰਹੀ ਹੈ ਸੂਰਾਂ ਦੇ ਨਾਲ, ਅਤੇ ਬਹੁਤ ਵਧੀਆ ਧੰਦਾ ਹੈ ਜੀ, ਸਾਰੇ ਅਪਣਾਓ, ਥੋੜ੍ਹੇ ਤੋਂ ਕੰਮ ਕਰੋ, ਜਿੰਨਾ ਮਰਜ਼ੀ ਵਧਾ ਲਓ, ਬਹੁਤ ਵਧੀਆ ਧੰਦਾ ਹੈ ਜੀ। ਜੇ ਅਸੀਂ ਸਾਰਾ ਕੁਛ ਇਕੱਲਾ ਇੱਕੋ ਸਟੇਟ ਦੇ ਬੇਸੇ 'ਤੇ, ਨਾਗਾਲੈਂਡ ਦੇ ਬੇਸੇ 'ਤੇ ਅਸੀਂ ਪਿਗਰੀ ਫਾਰਮ ਖੋਲ੍ਹੀ ਜਾਵਾਂਗੇ, ਪਰ ਇਹ ਬਹੁਤਾ ਵਧੀਆ ਨਹੀਂ ਹੋਣਾ। ਪਰ ਮੈਂ ਇੱਥੇ ਕਿਸਾਨ ਵੀਰਾਂ ਨੂੰ ਦੱਸਣਾ ਚਾਹੂੰਗਾ, ਪੰਜਾਬ ਸਰਕਾਰ ਇੱਕ ਉਪਰਾਲਾ ਕਰਨ ਜਾ ਰਹੀ ਹੈ ਜਿਹਦੇ ਵਿੱਚ ਇੱਕ ਫਾਰਮਰ ਖਾਤਰ ਇੱਕ ਡਰੈਸਿੰਗ ਜਿਹੜਾ ਪ੍ਰੋਸੈਸਿੰਗ ਯੂਨਿਟ ਲੱਗ ਰਿਹਾ ਪਿਗਰੀ ਖਾਤਰ। ਜਦੋਂ ਉਹ ਯੂਨਿਟ ਪੰਜਾਬ 'ਚ ਲੱਗ ਗਿਆ ਤਾਂ ਮੰਡੀ ਕਰਨ ਦੀ ਕੋਈ ਸਮੱਸਿਆ ਨਹੀਂ ਰਹੇਗੀ, ਅਤੇ ਪਿਗਰੀ ਇੱਕ ਮੇਜਰ ਧੰਦੇ ਦੇ ਤੌਰ 'ਤੇ ਉੱਭਰ ਕੇ ਪੰਜਾਬ ਵਿੱਚ ਸਾਹਮਣੇ ਆਊਗਾ। ਪਰ ਇੱਦਾਂ ਇਹਦੇ ਨਾਲ ਜਿਵੇਂ ਗੋਟਰੀ ਦਾ ਧੰਦਾ ਹੈ ਅਤੇ ਡੇਅਰੀ ਹੈ, ਗੋਟਰੀ, ਅੱਜ ਕੱਲ੍ਹ ਗੋਟਰੀ ਫਾਰਮਿੰਗ ਵੀ ਲੋਕਾਂ ਨੇ ਸਟਾਰਟ ਕਰਤੀਆਂ। ਗੋਟ ਫਾਰਮਿੰਗ ਵਾਲੇ ਲੋਕਾਂ ਦਾ ਹੁਣ ਤੱਕ ਇੱਕੋ ਕਨਸੈਪਟ ਸੀ ਕਿ ਸਾਨੂੰ ਬੱਕਰੀਆਂ ਨੂੰ ਚਾਰਨ ਜਾਣਾ ਪਊਗਾ, ਪਰ ਉਹ ਗੱਲਾਂ ਹੁਣ ਖਤਮ ਹੋ ਗਈਆਂ, ਕਿਉਂਕਿ ਜਿਵੇਂ ਮੱਤੇਵਾੜੇ ਫਾਰਮ ਦੇ ਵਿੱਚ ਅਸੀਂ ਸਾਰੀਆਂ ਬੱਕਰੀਆਂ ਨੂੰ ਕਿਤੇ ਨਹੀਂ ਚਾਰਨ ਜਾਂਦੇ, ਉਹ ਸਟਾਲ ਫੀਡਿੰਗ ਹੀ ਹੈ। ਇੱਦਾਂ ਪੰਜਾਬ ਦੇ ਵਿੱਚ ਵੀ ਕਈ ਵੱਡੇ ਵੱਡੇ ਫਾਰਮ ਜਿਹੜੇ ਸਟਾਲ ਫੀਡਿੰਗ ਨਾਲ ਸ਼ੁਰੂ ਹੋ ਗਏ, ਜਿਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਅਤੇ ਬੱਕਰੀ ਨੂੰ ਘਰ ਰੱਖ ਕੇ ਹੀ ਪਾਲਿਆ ਜਾ ਸਕਦਾ। ਇੱਥੇ ਇੱਕ ਮੈਂ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਚਾਹੇ ਬੱਕਰੀ ਦਾ ਧੰਦਾ, ਮੈਂ ਪਹਿਲਾਂ ਵੀ ਦੱਸਿਆ, ਚਾਹੇ ਗਾਵਾਂ ਮੱਝਾਂ ਦਾ ਧੰਦਾ, ਇਹਦੇ ਵਿੱਚ ਜਨਰਲ ਕੈਟਾਗਰੀ ਲਈ 25% ਸਬਸਿਡੀ ਹੈ ਅਤੇ ਜਿਹੜੀ ਦੂਜੇ SC ਕੰਪੋਨੈਂਟ 'ਚ 33% ਸਬਸਿਡੀ ਹੈ। ਪਰ ਗਾਵਾਂ ਦੀ ਜੇ ਅਸੀਂ ਬੱਕਰੀ ਅਤੇ ਗਾਂ ਦਾ ਵੀ ਕੰਪੈਰੀਜ਼ਨ ਕਰ ਲਈਏ ਜਾਂ ਮੱਝ ਦਾ ਕੰਪੈਰੀਜ਼ਨ ਕਰ ਲਈਏ, ਤਾਂ ਇੱਕ ਮੱਝ ਦੇ ਪੱਠਿਆਂ ਨਾਲ 8 ਬੱਕਰੀਆਂ ਪਲ ਸਕਦੀਆਂ, ਅਤੇ ਮੱਝ ਨੇ ਸੂਣਾ 10 ਮਹੀਨੇ 10 ਦਿਨ ਲੈ ਕੇ ਸੂਣਾ, ਬੱਕਰੀ ਨੇ ਸੂ ਪੈਣਾ 5 ਮਹੀਨੇ ਬਾਅਦ, ਅਤੇ ਉਹਦੀ ਜਿਹੜੀ ਆਰਥਿਕਤਾ ਉਹਦਾ ਸੁਧਾਰ ਹੈ, ਉਹਦੇ 'ਚ ਕਾਫੀ ਜ਼ਿਆਦਾ ਬੈਟਰ ਇਕਨੋਮਿਕਸ ਹੈ ਜੇ ਅਸੀਂ ਕੰਪੈਰੀਜ਼ਨ ਕਰੀਏ। ਪਰ ਇਸ ਕਰਕੇ ਜਿਹੜਾ ਧੰਦਾ ਹੈ ਦੋਨੋਂ ਬੈਟਰ ਨੇ, ਜਿਹੜੇ ਲੋਕਾਂ ਕੋਲ ਜਿਵੇਂ ਜਿਵੇਂ ਜਗ੍ਹਾ ਹੈ ਉਹਦੇ ਹਿਸਾਬ ਨਾਲ, ਲੋਕਾਂ ਦਾ ਸ਼ੌਂਕ ਕੀ ਹੈ, ਕੀ ਰੱਖਣਾ, ਕੀ ਕਰਨਾ ਚਾਹੁੰਦੇ ਹੈ, ਇਹ ਜਿਹੜੇ ਸਹਾਇਕ ਧੰਦੇ ਨੇ ਇਹਦੇ ਨਾਲ ਜਿਹੜੀ ਕਿਸਾਨੀ ਹੈ ਖੇਤੀ ਦੇ ਨਾਲ ਨਾਲ ਉਹਨਾਂ ਦੀ ਆਮਦਨ 'ਚ ਵਾਧਾ ਹੋ ਸਕਦਾ। ਈਵਨ ਜਿਹੜੇ ਬੇਜ਼ਮੀਨੇ ਲੋਕ ਹੈ ਉਹਨਾਂ ਦੇ ਘਰਾਂ 'ਚ ਜਿਹੜੀ ਜਿਹਨੂੰ ਮੈਂ ਕਹਾਂ ਜੇ ਔਰਤਾਂ ਨੇ ਉਹ ਨਾਲ ਕੰਮ ਕਰਕੇ ਆਪਣੇ ਜਿਹੜੇ ਘਰ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਵਿੱਚ ਜਾਂ ਹੋਰ ਕੰਮ ਲਈ ਆਮਦਨ 'ਚ ਇਜ਼ਾਫਾ ਕਰ ਸਕਦੀਆਂ। ਪੋਲਟਰੀ ਫਾਰਮ ਦਾ ਟ੍ਰੈਂਡ ਚੱਲਿਆ ਸੀਗਾ, ਪਰ ਕੁਛ ਸਾਲ ਤੋਂ ਲਗਾਤਾਰ ਪੋਲਟਰੀ ਦਾ ਡਾਊਨਫਾਲ ਆ ਰਿਹਾ। ਗਾਈਆਂ ਦਾ ਬੜਾ ਚੱਲਿਆ ਜੀ, ਮੈਂ ਵੀ ਰੱਖੀਆਂ ਨੇ ਫਾਰਮ ਹਾਊਸ 'ਚ ਬੈਠੇ ਹਾਂ, ਪਰ ਜਿਹੜਾ ਆਹ ਕੰਮ ਹੋਇਆ ਨਾ ਜੀ ਪਿਗਰੀ ਦਾ ਸਹਾਇਕ ਧੰਦੇ ਦੇ ਤੌਰ 'ਤੇ, ਥੋੜ੍ਹੇ ਜਿਹੇ ਥਾਂ ਦੇ ਵਿੱਚ ਹਰ ਬੱਚਾ, 2 ਬੱਚੇ ਹੁੰਦੇ ਨੇ, ਇੱਕ ਬੱਚਾ ਅੱਜ ਕੱਲ੍ਹ ਤਾਂ ਆਮ ਜ਼ਿਮੀਂਦਾਰਾਂ ਦਾ, ਉਹ ਨਾਲ ਜ਼ਰੂਰ ਕਰੋ, ਕੋਈ ਵੀ ਪ੍ਰੋਬਲਮ ਨਹੀਂ ਹੈ। ਹੁਣ ਤਾਂ ਇੰਨੇ ਥਾਂ ਪਰ ਥਾਂ ਅਸੀਂ ਫਾਰਮਰ ਬੈਠੇ ਹਾਂ, ਉਹ ਜਿਹੜੀ ਫਿਸ਼ਰੀ ਹੈ ਇਹਨੂੰ ਤਾਂ ਜਗ੍ਹਾ ਕਾਫੀ ਚਾਹੀਦੀ ਹੈ ਜੀ, ਅਤੇ ਪਿਗਰੀ ਨੂੰ ਬਿਲਕੁਲ ਕਨਾਲ ਦੋ ਕਨਾਲ ਦੇ ਵਿੱਚ ਆਪਣੇ ਖੇਤ ਦੇ ਵਿੱਚ ਬਣ ਜੂਗੀ, ਕੋਈ ਮੁਸ਼ਕ ਨਹੀਂ, ਕੋਈ ਕੁਛ ਨਹੀਂ। ਇਹ ਤਾਂ ਜੇ ਆਪਾਂ ਸੋਚੀ ਜਾਵਾਂਗੇ ਫਿਰ ਤਾਂ ਪ੍ਰੋਗਰੈਸ ਨਹੀਂ ਹੋਣੀ। ਅੱਜ ਦੇ ਦਿਨ ਸਹਾਇਕ ਧੰਦਾ ਕਰੋ ਵੀਰੋ, ਵਿਹਲੇ ਫਿਰਦੇ ਹਾਂ, ਸੱਥਾਂ 'ਚ ਬੈਠੇ ਰਹਿੰਦੇ ਹਾਂ, ਕਿਆ ਫਾਇਦਾ, ਕੋਈ ਕੰਮ ਨਹੀਂ। ਸਵੇਰੇ 1 ਘੰਟਾ ਕੰਮ ਹੈ ਜੀ, ਸ਼ਾਮ ਨੂੰ 1 ਘੰਟਾ ਕੰਮ ਹੈ, ਕੋਈ ਲੰਬਾ ਚੌੜਾ ਕੰਮ ਨਹੀਂ ਹੈ। ਸੋ ਮੈਂ ਸਾਰਿਆਂ ਨੂੰ, ਬੱਚਿਆਂ ਨੂੰ ਅਪੀਲ ਕਰਦਾ ਵੀ ਤੁਸੀਂ ਨਾ ਜ਼ਰੂਰ ਕਰੋ। ਮੈਂ JS ਗਰੇਵਾਲ, ਸਹਾਇਕ ਡਾਇਰੈਕਟਰ ਮੱਛੀ ਪਾਲਣ ਮੋਗਾ। ਮੱਛੀ ਪਾਲਣ ਧੰਦਾ ਇੱਕ ਲਾਹੇਵੰਦ ਧੰਦਾ ਹੈ। ਮੱਛੀ ਪਾਲਣ ਵਿਭਾਗ ਮੋਗਾ
ਹਰ ਖੇਤਰ ਦੇ ਵਿੱਚ ਅੱਗੇ ਚੱਲ ਰਿਹਾ ਹੈ। ਦੱਸੇ ਗਏ ਨਿਸ਼ਚਿਤ ਟੀਚਿਆਂ ਨੂੰ ਹਰ ਸਾਲ ਪੂਰਾ ਕਰ ਲਿਆ ਜਾਂਦਾ ਹੈ। ਇਸ ਸਾਲ ਵੀ ਅਸੀਂ ਜੋ ਮਿੱਥੇ ਗਏ ਟੀਚੇ ਸੀ ਉਹਨਾਂ ਨੂੰ ਬੜੀ ਅੱਛੇ ਤਰੀਕੇ ਨਾਲ ਪੂਰਾ ਕਰ ਲਿਆ ਹੈ। ਸਬਸਿਡੀ ਮੱਛੀ ਕਾਸ਼ਤਕਾਰਾਂ ਨੂੰ ਦੇ ਦਿੱਤੀ ਗਈ ਹੈ ਅਤੇ ਮੱਛੀ ਪਾਲਣ ਦਾ ਧੰਦਾ ਇੱਕ ਲਾਹੇਵੰਦ ਕਿੱਤਾ ਹੈ। ਇਹ ਇੱਕ ਹੁਣ ਮੁੱਖ ਕਿੱਤਾ ਲਾਹੇ ਮਤਲਬ ਇਹਨੂੰ ਹੁਣ ਆਪਾਂ ਸਹਾਇਕ ਧੰਦੇ ਦੀ ਬਜਾਏ ਇੱਕ ਲਾਹੇ ਮੁੱਖ ਕਿੱਤਾ ਅਪਣਾ ਰਹੇ ਹਨ ਫਾਰਮਰ। ਇਸ ਵਿੱਚ ਸਰਕਾਰ ਵੱਲੋਂ ਸਮੇਂ ਸਮੇਂ ਸਿਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸਬਸਿਡੀ ਅਤੇ ਹੋਰ ਜਿਵੇਂ ਕਿ ਰਿਆਇਤੀ ਦਰਾਂ 'ਤੇ ਸੀਡ ਅਤੇ ਬਾਕੀ ਫਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਹਰ ਮਹੀਨੇ ਟ੍ਰੇਨਿੰਗ ਕੈਂਪ 5 ਦਿਨਾਂ ਦਾ ਲਾਇਆ ਜਾਂਦਾ ਹੈ ਮੋਗਾ ਵਿਖੇ। ਮੱਛੀ ਪਾਲਣ ਦੇ ਧੰਦੇ ਨਾਲ ਨਾਲ ਅਸੀਂ ਇੰਟੈਗ੍ਰੇਟਡ ਫਿਸ਼ ਫਾਰਮਿੰਗ ਵੀ ਪ੍ਰਫੁੱਲਿਤ ਕਰ ਰਹੇ ਹਾਂ, ਜਿਵੇਂ ਕਿ ਮੱਛੀ ਪਾਲਣ ਦੇ ਨਾਲ ਮੁਰਗੀਆਂ ਦਾ, ਪਿਗਰੀਜ਼ ਦਾ, ਹੋਰ ਜਿਹੜੇ ਨਾਲ ਨਾਲ ਕਿੱਤੇ ਨੇ ਜਿਵੇਂ ਪਸ਼ੂ ਪਾਲਣ ਦਾ ਨਾਲ ਅਸੀਂ ਇਹਨੂੰ ਉਤਸ਼ਾਹਿਤ ਕਰ ਰਹੇ ਹਾਂ ਤਾਂ ਕਿ ਜਿਹੜੇ ਸਾਡੇ ਫਿਸ਼ ਫਾਰਮਰ ਨੇ ਉਹਨਾਂ ਨੂੰ ਮੱਛੀ ਦੇ ਕਿੱਤੇ ਦੇ ਨਾਲ ਨਾਲ ਇਹਨਾਂ ਧੰਦਿਆਂ ਨਾਲ ਵੀ ਇਸ ਤੋਂ ਵੀ ਫਾਇਦਾ ਹੋ ਸਕੇ। ਜਿਵੇਂ ਕਿ ਅਸੀਂ ਪਿਗਰੀ ਦੇ ਵਿੱਚ ਕਹਿੰਦੇ ਹਾਂ ਕਿ 2.5 ਏਕੜ ਦੇ ਮਗਰ 1 ਹੈਕਟਰ ਦੇ ਮਗਰ 30 ਤੋਂ 35 ਆਪਣੇ ਪਿਗ ਬੱਚੇ ਪਾਏ ਜਾਣ ਤਾਂ ਉਸ ਨਾਲ ਕੀ ਹੁੰਦਾ ਵਾ ਕਿ ਜਿਹੜੀ ਉਹਨਾਂ ਦੀ ਵੇਸਟ ਮਟੀਰੀਅਲ ਹੈਗਾ ਵਾ ਉਸ ਤੋਂ ਪਾਣੀ ਦੇ ਵਿੱਚ ਖੁਰਾਕ ਬਣਦੀ ਹੈ ਅਤੇ ਉਸ ਖੁਰਾਕ ਦੇ ਨਾਲ ਮੱਛੀ ਦਾ ਜਿਹੜੀ ਟੋਟਲ ਫੀਡ ਹੈਗੀ ਆ ਉਹਦਾ ਤਕਰੀਬਨ ਸਾਨੂੰ ਹਾਫ ਕੋਸਟ ਹੋ ਜਾਂਦੀ ਹੈ। ਜੇ ਮੰਨ ਲਓ 1-3 ਲੱਖ ਦੀ ਫੀਡ ਸਾਨੂੰ ਪਾਉਣੀ ਪੈਂਦੀ ਹੈ 2.5 ਏਕੜ ਮਗਰ ਤਾਂ ਤਕਰੀਬਨ ਸਾਡੀ ਕੋਸਟ ਜਿਹੜੀ ਹੈਗੀ ਆ ਉਹ ਤਕਰੀਬਨ 1.5 ਲੱਖ ਰੁਪਏ ਤੱਕ ਆ ਜਾਂਦੀ ਹੈ। ਇਸ ਨਾਲ ਫਾਰਮਰ ਨੂੰ ਵੀ ਫਾਇਦਾ ਹੁੰਦਾ ਹੈ ਅਤੇ ਨਾਲ ਨਾਲ ਉਹਦੇ ਨਾਲੇ ਸਹਾਇਕ ਧੰਦਿਆਂ ਨਾਲ ਫਿਸ਼ਰੀ ਦੇ ਨਾਲ ਜਿਵੇਂ ਸੂਰ ਪਾਲਣ ਦਾ, ਪਸ਼ੂ ਪਾਲਣ ਦਾ, ਇਸ ਧੰਦੇ ਅਪਣਾ ਕੇ ਉਹ ਆਪਣੀ ਜਿਹੜੀ ਆਮਦਨ ਆ ਉਹ ਵਧਾ ਸਕਦਾ ਹੈ। ਮੈਂ ਬਲਜੋਤ ਸਿੰਘ ਮਾਨ, ਮੱਛੀ ਪਾਲਣ ਅਫਸਰ ਮੋਗਾ। ਤੁਸੀਂ ਦੇਖ ਸਕਦੇ ਹੋ ਵੀ ਕ੍ਰੋਪ ਡਾਇਵਰਸੀਫਿਕੇਸ਼ਨ ਦੇ ਵਿੱਚ ਮੱਛੀ ਪਾਲਣ ਦਾ ਜਿਹੜਾ ਕਿੱਤਾ ਹੈ ਉਹ ਇੱਕ ਬਹੁਤ ਅਹਿਮ ਭੂਮਿਕਾ ਨਿਭਾ ਰਿਹਾ ਹੈ, ਜਿਸ ਦੇ ਨਾਲ ਕਿਸਾਨਾਂ ਨੂੰ ਆਪਣੀ ਫਸਲ ਦਾ ਜਿਹੜਾ ਵਧੇਰੇ ਮੁੱਲ ਮਿਲ ਰਿਹਾ ਹੈ। ਇਸੇ ਸੰਬੰਧ ਵਿੱਚ ਜੇ ਆਪਾਂ ਮੱਛੀ ਪਾਲਣ ਦੀ ਗੱਲ ਕਰੀਏ ਤਾਂ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਤੇ ਪੰਜਾਬ ਨੂੰ ਕ੍ਰੋਪ ਡਾਇਵਰਸੀਫਿਕੇਸ਼ਨ ਅਪਣਾਉਣ ਦਾ ਜਿਹੜਾ ਇਸ ਸਮੇਂ ਦੀ ਲੋੜ ਹੈ, ਜਿਸ ਦੇ ਵਿੱਚ ਮੱਛੀ ਪਾਲਣ ਸਾਰਿਆਂ ਤੋਂ ਵਧੇਰੇ ਫਾਇਦੇ ਵਾਲਾ ਕਿੱਤਾ ਉੱਭਰ ਕੇ ਆ ਰਿਹਾ ਹੈ। ਪਰ ਮੱਛੀ ਪਾਲਣ ਇਕੱਲਾ ਇਹੋ ਜਿਹਾ ਕਿੱਤਾ ਹੈ ਜਿੱਥੇ ਤੁਸੀਂ 1 ਤੋਂ ਵੱਧ ਫਸਲਾਂ ਇੱਕੋ ਜਗ੍ਹਾ ਦੇ ਟੋਟੇ ਤੋਂ ਲੈ ਸਕਦੇ ਹੋ, ਜਿਹਨੂੰ ਆਪਾਂ ਇੰਟੀਗ੍ਰੇਟਿਡ ਫਾਰਮਿੰਗ ਵੀ ਕਹਿੰਦੇ ਹਾਂ। ਇੰਟੀਗ੍ਰੇਟਿਡ ਫਾਰਮਿੰਗ ਦਾ ਮਤਲਬ ਹੁੰਦਾ ਹੈ ਵੀ ਇੱਕ ਫਸਲ ਦਾ ਜਿਹੜਾ ਵੇਸਟ ਪ੍ਰੋਡਕਟ ਹੈ ਉਹ ਦੂਜੀ ਫਸਲ ਦੀ ਖੁਰਾਕ ਬਣਦਾ ਹੈ। ਉਸੇ ਵਿੱਚ ਆਪਾਂ ਜੇ ਮੱਛੀ ਪਾਲਣ ਦੀ ਗੱਲ ਕਰੀਏ ਤਾਂ ਮੱਛੀ ਪਾਲਣ ਦੇ ਤੁਸੀਂ ਤਲਾਅ ਨੂੰ ਇੰਟੀਗ੍ਰੇਟਿਡ ਫਾਰਮਿੰਗ ਦੇ ਨਾਲ, ਚਾਹੇ ਤੁਸੀਂ ਉਹਨੂੰ ਪਿਗਰੀ ਦੇ ਨਾਲ ਜੋੜ ਸਕਦੇ ਹੋ, ਪੋਲਟਰੀ ਨਾਲ ਜੋੜ ਸਕਦੇ ਹੋ, ਡੱਕ ਫਾਰਮਿੰਗ ਨਾਲ ਜੋੜ ਸਕਦੇ ਹੋ, ਜਾਂ ਤੁਸੀਂ ਡੇਅਰੀ ਫਾਰਮਿੰਗ ਨਾਲ ਵੀ ਜੋੜ ਸਕਦੇ ਹੋ। ਸੋ ਮੇਰੇ ਵੀਰੋ, ਸੂਰ ਪਾਲਣ ਦਾ ਜਿਹੜਾ ਕਿੱਤਾ ਹੈ ਉਹ ਬਹੁਤ ਹੀ ਲਾਹੇਵੰਦ ਕਿੱਤਾ ਹੈ, ਮੱਛੀ ਪਾਲਣ ਦੇ ਨਾਲ ਉੱਭਰ ਕੇ ਆ ਰਿਹਾ ਹੈ, ਕਿਉਂਕਿ ਸੂਰਾਂ ਦੀ ਜਿੰਨੀ ਵੀ ਵੇਸਟੇਜ ਹੈ, ਜਿੰਨਾ ਵੀ ਮਲ ਮੂਤਰ ਹੈ ਉਹ NPK ਨਾਈਟ੍ਰੋਜਨ, ਪੋਟੈਸ਼ੀਅਮ ਅਤੇ ਫੋਸਫੋਰਸ ਦੇ ਵਿੱਚ ਰਿਚ ਹੁੰਦਾ ਹੈ ਅਤੇ ਰਿਚ ਹੋਣ ਦੇ ਨਾਤੇ ਜਿਹੜੀ ਮੱਛੀ ਪਾਲਣ ਦੀ ਅਹਿਮ ਖੁਰਾਕ ਹੈ ਉਸਦਾ ਪਲੈਂਕਟਨ, ਉਹ ਪਲੈਂਕਟਨ ਦੀ ਪੈਦਾਵਾਰ ਦੇ ਵਿੱਚ ਉਹਦੀ ਵੇਸਟੇਜ ਮਦਦ ਕਰਦੀ ਹੈ, ਜਿਸ ਦੇ ਨਾਲ ਜਿਹੜਾ ਮੱਛੀ ਦਾ ਆਪਣਾ 3 ਲੱਖ ਰੁਪਏ ਤੱਕ ਦਾ ਸਲਾਨਾ ਫੀਡ ਦਾ ਖਰਚਾ ਆਉਂਦਾ ਹੈ 2.5 ਕਿੱਲੇ ਦੇ ਤਲਾਬ ਵਾਸਤੇ, ਉਹ ਖਰਚਾ ਆਪਣਾ ਅੱਧਾ ਰਹਿ ਜਾਂਦਾ ਹੈ। ਇਸ ਦਾ ਇੱਕ ਅਹਿਮ ਫਾਇਦਾ ਇਹ ਹੈ ਵੀ ਜਿੰਨੇ ਵੀ ਸੂਰ ਪਾਲਣ ਦੇ ਬੱਚੇ ਨੇ ਉਹ ਵੀ ਤੁਸੀਂ ਨਾਲ ਨਾਲ ਵੇਚ ਸਕਦੇ ਹੋ ਅਤੇ ਮੱਛੀ ਦੀ ਜਿਹੜੀ ਖੁਰਾਕ ਹੈ ਉਹਨੂੰ ਤੁਸੀਂ ਘਟਾ ਸਕਦੇ ਹੋ ਅਤੇ ਨਾਲ ਮੱਛੀ ਦਾ ਜਿਹੜਾ ਤੁਸੀਂ ਆਪਣੀ ਫਸਲ ਹੈ ਉਹ ਵੀ ਤੁਸੀਂ ਸਾਲ ਦੇ ਵਿੱਚ 3 ਤੋਂ 4 ਵਾਰ ਵੇਚ ਸਕਦੇ ਹੋ।
ਮੈਂ ਧਰਮਿੰਦਰ ਸਿੰਘ ਪਿੰਡ ਜੈਮਲਾਲਾ ਜ਼ਿਲ੍ਹਾ ਮੋਗਾ ਅਤੇ ਸਾਡਾ ਨਾਲ ਨਾਲ ਮੁਰਗੀ ਪਾਲਣ ਦਾ ਵੀ ਕੀਤਾ ਹੋਇਆ ਹੈ। ਇਸ ਵਿੱਚ ਸਾਨੂੰ ਬਹੁਤ ਲਾਭ ਮਿਲ ਰਿਹਾ ਹੈ ਅਤੇ ਮਹਿਕਮੇ ਵੱਲੋਂ ਵੀ ਸਾਡਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਨਾਲ ਨਾਲ ਅਸੀਂ ਹੁਣ ਆਉਣ ਵਾਲੇ ਸਮੇਂ 'ਚ 35 ਤੋਂ 40 ਸੂਰ ਰੱਖਣ ਬਾਰੇ ਵੀ ਫਾਰਮ ਦੀ ਤਿਆਰੀ ਕਰ ਰਹੇ ਹਾਂ ਅਤੇ ਇਹ ਕਿੱਤਾ ਬਹੁਤ ਲਾਹੇਵੰਦ ਹੈ, ਸਾਰਿਆਂ ਨੂੰ ਅਪਣਾਉਣਾ ਚਾਹੀਦਾ ਹੈ। ਮੱਛੀ ਦੇ ਨਾਲ ਖੁਰਾਕ ਬਹੁਤ ਘੱਟ ਪੈਂਦੀ ਹੈ, ਮੁਰਗੀਆਂ ਦੀ ਵੇਸਟੇਜ ਜਿੰਨੀ ਹੁੰਦੀ ਹੈ ਸਾਰੀ ਮੱਛੀ ਖੁਰਾਕ ਤੌਰ 'ਤੇ ਖਾ ਰਹੀ ਹੈ। ਫੀਡ 'ਚ ਕਾਫੀ ਲਾਭ ਮਿਲਦਾ ਵਾ, ਫੀਡ ਘੱਟ ਪਾਉਣੀ ਪੈਂਦੀ ਸਾਨੂੰ ਅਤੇ ਮੁਰਗੀਆਂ ਦੇ ਨਾਲ ਮੁਰਗੀਆਂ ਦਾ ਵੀ ਆਮਦਨ ਹੋ ਜਾਂਦੀ ਆ, ਅੰਡਿਆਂ ਦੀ ਡੇਲੀ ਦੀ ਆਮਦਨ ਸਾਨੂੰ ਹੋ ਜਾਂਦੀ ਆ ਅਤੇ ਮੱਛੀ ਦਾ ਵੀ ਕਾਫੀ ਆਮਦਨ ਹੈਗੀ ਹੈ ਇਹਨਾਂ ਇਹਦੇ ਵਿੱਚ ਵੀ। ਇਹ ਵੱਧ ਤੋਂ ਵੱਧ ਕਿੱਤਾ ਅਪਣਾਉਣਾ ਚਾਹੀਦਾ ਜੀ ਖੇਤੀ ਦੇ ਨਾਲ ਨਾਲ ਅਤੇ ਬਹੁਤ ਲਾਹੇਵੰਦ ਹੈ ਖੇਤੀ ਦੇ ਨਾਲ ਨਾਲ। ਮੈਂ ਮਨਜੋਤ ਕੌਰ, ਸੀਨੀਅਰ ਮੱਛੀ ਪਾਲਣ ਅਫਸਰ ਮੋਗਾ। ਸਭ ਤੋਂ ਪਹਿਲਾਂ ਮੱਛੀ ਪਾਲਣ ਕਿਉਂ ਜ਼ਰੂਰੀ ਹੈ? ਕਿਉਂਕਿ ਇਸ ਦੇ ਉੱਪਰ ਕੋਈ ਵੀ ਮੌਸਮ ਦੀ ਮਾਰ ਨਹੀਂ ਪੈਂਦੀ। ਦੂਸਰਾ, ਮੰਡੀਆਂ ਵਿੱਚ ਕਿਸਾਨਾਂ ਨੂੰ ਵੇਚਣ 'ਚ ਕੋਈ ਸਮੱਸਿਆ ਨਹੀਂ ਆਉਂਦੀ। ਤੀਸਰਾ, ਮੱਛੀਆਂ ਨੂੰ ਧੁੱਪੇ ਛਾਵੇਂ ਨਹੀਂ ਕਰਨਾ ਪੈਂਦਾ। ਅਤੇ ਚੌਥਾ, ਇਸ ਨੂੰ ਆਪਾਂ ਸਹਾਇਕ ਧੰਦਿਆਂ ਦੇ ਨਾਲ ਕਰ ਸਕਦੇ ਹਾਂ, ਜਿਵੇਂ ਮੁਰਗੀ ਪਾਲਣ, ਸੂਰ ਪਾਲਣ ਅਤੇ ਬਾਗਬਾਨੀ ਜਾਂ ਫਿਰ ਖੇਤੀਬਾੜੀ ਨਾਲ। ਸੋ ਇਸ ਤਰ੍ਹਾਂ ਆਪਾਂ ਇੱਕ ਕਿੱਤੇ ਤੋਂ ਬਹੁਤ ਜ਼ਿਆਦਾ ਮੁਨਾਫਾ ਲੈ ਸਕਦੇ ਹਾਂ, ਕਿਉਂਕਿ ਇਸ ਵਿੱਚ ਆਪਾਂ ਇੱਕ ਕਿੱਤੇ ਦੀ ਰਹਿੰਦ ਖੂੰਹਦ ਨੂੰ ਦੂਜੇ ਕਿੱਤੇ ਵਿੱਚ ਖਾਦ ਖੁਰਾਕ ਦੇ ਤੌਰ 'ਤੇ ਵਜੋਂ ਵਰਤ ਸਕਦੇ ਹਾਂ। ਸੋ ਅੱਜ ਇਸ ਸਮੇਂ ਦੌਰਾਨ ਸਾਡੇ ਪੂਰੇ ਪੰਜਾਬ ਵਿੱਚ ਇੱਕ ਸਕੀਮ ਚੱਲ ਰਹੀ ਹੈ, ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ, ਜਿਸ ਦੇ ਅਧੀਨ ਗਰੋ ਆਊਟ ਪਾਉਣ ਲਈ 11 ਲੱਖ ਦੀ ਸਬਸਿਡੀ, ਯਾਨੀ ਕਿ ਤਲਾਬ ਦੀ ਪਟਾਈ ਲਈ 7 ਲੱਖ ਦੀ ਅਤੇ ਖਾਦ ਖੁਰਾਕ ਲਈ 4 ਲੱਖ ਦੀ ਯੂਨਿਟ ਕੋਸਟ ਨਿਰਧਾਰਿਤ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਲਾਰਜ RAS ਯੂਨਿਟ ਲਗਾਉਣਾ ਚਾਹੁੰਦੇ ਹੋ ਜਾਂ 50 ਟੈਂਕਾਂ ਵਾਲਾ ਬਾਇਓਫਲੋਕ, ਜੋ ਕਿ ਨਵੀਂ ਟੈਕਨੋਲੋਜੀ ਰਾਹੀਂ ਅਸੀਂ ਇਨਡੋਰ ਕਰ ਸਕਦੇ ਹਾਂ, ਉਸ ਦੇ ਲਈ 50 ਲੱਖ ਦੀ ਯੂਨਿਟ ਕੋਸਟ ਨਿਰਧਾਰਿਤ ਹੈ। ਇਸ ਤੋਂ ਇਲਾਵਾ ਮੀਡੀਅਮ ਲਈ 25 ਲੱਖ ਦੀ ਯੂਨਿਟ ਕੋਸਟ ਨਿਰਧਾਰਿਤ ਹੈ, ਜਿਸ ਵਿੱਚ ਬਾਇਓਫਲੋਕ ਦਾ ਟੈਂਕ 25 ਟੈਂਕਾਂ ਵਾਲਾ, ਅਤੇ ਇਸ ਤੋਂ ਇਲਾਵਾ ਸਮਾਲ RAS ਉਸ ਦੇ ਅਧੀਨ 7.5 ਲੱਖ ਦੀ ਯੂਨਿਟ ਕੋਸਟ ਨਿਰਧਾਰਿਤ ਹੈ। ਇਸ ਤੋਂ ਇਲਾਵਾ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ ਜਨਰਲ ਕੈਟਾਗਰੀ ਲਈ 40%, SC ST ਅਤੇ ਵੂਮਨ ਕੈਟਾਗਰੀ ਲਈ 60% ਹੈ। ਇਸ ਤੋਂ ਇਲਾਵਾ ਮੱਛੀ ਦੀ ਢੋਆ ਢੁਆਈ ਲਈ ਮੋਟਰਸਾਈਕਲ ਵਿਦ ਆਈਸ ਬੋਕਸ 75,000 ਦੀ ਯੂਨਿਟ ਕੋਸਟ ਨਿਰਧਾਰਿਤ ਹੈ, ਅਤੇ 3-ਵੀਲਰ ਉੱਪਰ ਵਿਦ ਆਈਸ ਬੋਕਸ ਉਸ ਦੇ ਲਈ 3 ਲੱਖ ਦੀ ਯੂਨਿਟ ਕੋਸਟ ਨਿਰਧਾਰਿਤ ਹੈ। ਇਸ ਤੋਂ ਇਲਾਵਾ ਕਈ ਗਰੀਬ ਲੋਕ ਸਾਈਕਲ ਵਗੈਰਾ ਵੀ ਲੈ ਸਕਦੇ ਨੇ ਅਤੇ ਉਸ ਦੇ ਲਈ 10,000 ਦੀ ਯੂਨਿਟ ਕੋਸਟ ਨਿਰਧਾਰਿਤ ਹੈ। ਮੱਛੀ ਅਤੇ ਸੂਰ ਪਾਲਣ ਦਾ ਸਾਂਝਾ ਕਿੱਤਾ ਅੱਜ ਪੰਜਾਬ ਦੇ ਬਹੁਤ ਸਾਰੇ ਕਿਸਾਨ ਬਹੁਤ ਕਾਮਯਾਬੀ ਨਾਲ ਕਰ ਰਹੇ ਹਨ। ਮੱਛੀ ਪਾਲਣ ਅਤੇ ਪਸ਼ੂ ਪਾਲਣ ਵਿਭਾਗਾਂ ਵੱਲੋਂ ਵੀ ਇਸ ਸਾਂਝੇ ਉਪਰਾਲੇ ਲਈ ਕਿਸਾਨ ਦੀ ਪੂਰੀ ਮਦਦ ਕੀਤੀ ਜਾਂਦੀ ਹੈ। ਲੋੜ ਹੈ ਕਿਸਾਨਾਂ ਨੂੰ ਅਜਿਹੇ ਸਾਂਝੇ ਕਿੱਤੇ ਅਪਣਾਉਣ ਦੀ ਤਾਂ ਜੋ ਕਿਸਾਨ ਦੀ ਆਰਥਿਕਤਾ ਮਜ਼ਬੂਤ ਹੋ ਸਕੇ।